ਸਾਡੇ ਨਾਲ ਹੋਣਗੇ ਗੁਰਪ੍ਰੀਤ ਕੁੱਗੀ ਜੀ ਤੇ ਮੈਂ ਆਪਣੀ ਟੀਮ ਨੂੰ ਰਿਕੁਐਸਟ ਕਰ ਸਕਦੀ ਹਾਂ ਕਿ ਗੁਰਪ੍ਰੀਤ ਕੁੱਗੀ ਜੀ ਜਿਹੜੇ ਸੋਹਣੇ ਸੁਰੱਖੇ ਬਣ ਕੇ ਸਾਨੂੰ ਦਿਖ ਰਹੇ ਸੀਗੇ ਤੇ ਹੁਣ ਦੇਖੋ ਸਾਰੇ ਦੀ ਸਕਰੀਨ ਤੇ ਵੀ ਦਿਖ ਰਹੇ ਨੇ ਹਾਂ ਤੇ ਗੁਰਪ੍ਰੀਤ ਕੁੱਗੀ ਜੀ ਵੈਲਕਮ ਹੈਗਾ ਲਾਈਵ ਹੋ ਗਿਆ ਨਹੀਂ ਤੁਹਾਡੇ ਨਾਲ ਬਿਲਕੁਲ ਲਾਈਵ ਹੈਗੇ ਜੀ ਤੁਸੀਂ ਵੈਸੇ ਵੀ ਬਹੁਤ ਲਾਈਵ ਹੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਡੇ ਦਰਸ਼ਕ ਜਿਹੜੇ ਅਸਲੇ ਸਾਨੂੰ ਲਾਈਵ ਦੇਖ ਰਹੇ ਨੇ ਔਰ ਇਸ ਵੇਲੇ ਬੜੇ ਟਫ ਟਾਈਮ ਦੇ ਵਿੱਚ ਅਸੀਂ ਘਰਾਂ ਦੇ ਵਿੱਚ ਬੈਠੇ ਵੀ ਇੱਕ ਦੂਜੇ ਦੇ ਨਾਲ ਅੱਜ ਇੱਕਵੇਕ ਹੋ ਗਏ ਆ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਔਰ ਅੱਜ ਦਿਲ ਦੀਆਂ ਗੱਲਾਂ ਕਰਦੇ ਆ ਜੀ ਤੁਹਾਡੇ ਨਾਲ ਤੇ ਗੁਰਪ੍ਰੀਤ ਕੁੱਗੀ ਜੀ ਦੇਖੋ ਇਸ ਵੇਲੇ ਜਸ ਪੰਜਾਬੀ ਤੇ ਜਸ ਹਿੰਦੀ ਦੇ ਵਿਅਰਸ ਅਮਰੀਕਾ ਕੈਨੇਡਾ ਥਰੂ ਆਊਟ ਦਾ ਵਰਲਡ ਤੁਹਾਨੂੰ ਦੇਖ ਰਹੇ ਨੇ ਤੇ ਸਾਰੇ ਇਹ ਪੁੱਛਣਾ ਚਾਹ ਰਹੇ ਨੇ ਕਿ ਗੁਰਪ੍ਰੀਤ ਕੁੱਗੀ ਜੀ ਦੀ ਨਜ਼ਰ ਨਾਲ ਦੁਨੀਆ ਕਿਹੋ ਜੀ ਲੱਗ ਰਹੀ ਹੈ ਗੁਰਪ੍ਰੀਤ ਜੀ ਦੀ ਨਜ਼ਰ ਨਾਲ ਦੁਨੀਆ ਮੈਂ ਕਿਹਾ ਸ਼ਾਇਦ ਇਹ ਪੁੱਛਣਾ ਚਾਹੁੰਦੇ ਨੇ ਕਿ ਇੰਡੀਆ 'ਚ ਰਾਤ ਦੇ 9 ਵਜੇ ਕਿਹੜੇ ਹਿਸਾਬ ਨਾਲ ਤਿਆਰ ਹੋਏ ਨੇ ਅੱਜ ਦੇਖੋ ਨਜ਼ਰ ਨਹੀਂ ਹੁਣ ਤਾਂ ਨਜ਼ਰੀਏ ਨਾਲ ਦੇਖਣ ਵਾਲੀ ਦੁਨੀਆ ਹੈ ਮੈਂ ਉਹੀ ਕਹਿ ਰਹੀ ਹਾਂ ਜੇ ਤਾਂ ਪੋਜ਼ਿਟਿਵ ਨਜ਼ਰੀਏ ਨਾਲ ਦੇਖਾਂਗੇ ਫਿਰ ਤਾਂ ਬਹੁਤ ਕੁਝ ਪੋਜ਼ਿਟਿਵ ਵੀ ਹੈ ਤੇ ਜੇ ਡਿਪਰੈਸ਼ਨ 'ਚ ਜਾਣ ਦਾ ਮਨ ਬਣਾ ਹੀ ਲਿਆ ਜਿਹਨੇ ਉਹਨੂੰ ਕੋਈ ਕੱਢ ਨਹੀਂ ਸਕਦਾ ਹਾਲਾਂਕਿ ਬੜਾ ਟਫ ਟਾਈਮ ਚੱਲ ਰਿਹਾ ਬਿਜ਼ਨਸ ਰੁਕ ਗਏ ਨੇ ਇਕਨੋਮੀ ਸਾਰੀ ਜਿਹੜੀ ਹੈ ਖੜੋਤ ਆ ਗਈ ਉਹਦੇ 'ਚ ਇੱਕ ਵਾਰੀ ਰੁਕ ਗਈ ਹੈ ਔਰ ਕੋਈ ਦੁਨੀਆ ਦਾ ਕੰਮ ਇਸ ਵੇਲੇ ਪ੍ਰੋਗਰੈਸਿਵ ਮੋਡ ਦੇ ਉੱਤੇ ਨਹੀਂ ਹੈ ਇਹ ਨੈਗੇਟਿਵ ਗੱਲ ਹੈ ਥੋੜਾ ਡਿਪਰੈਸਿੰਗ ਵੀ ਹੈ ਬਟ ਅਦਰਵਾਇਜ਼ ਸੋਚ ਕੇ ਦੇਖੀਏ ਸਾਡਾ ਲਾਈਫ ਸਟਾਈਲ ਚੇਂਜ ਹੋ ਰਿਹਾ ਹੈ ਅਸੀਂ ਜਿਹੜਾ ਗੰਦ ਪਾਇਆ ਹੋਇਆ ਸੀ ਜ਼ਿੰਦਗੀ ਦੇ ਵਿੱਚ ਅਜਾਬ ਖੜੇ ਕੀਤੇ ਹੋਏ ਸੀ ਆਪਣੇ ਖਾਣ ਪੀਣ ਦੇ ਵਿੱਚ ਬੈਠਣ ਉੱਠਣ 'ਚ ਲੋਕਾਂ ਨੂੰ ਮਿਲਣ 'ਚ ਸਾਡੇ ਕਰੈਕਟਰ 'ਚ ਕੁਛ ਖਾਮੀਆਂ ਆ ਚੁੱਕੀਆਂ ਸੀ ਸਾਡੀ ਮਤਲਬ ਅਸੀਂ ਦੁਨੀਆ ਨੂੰ ਆਪਣੇ ਪੈਰਾਂ ਥੱਲੇ ਸਮਝਣ ਲੱਗ ਪਏ ਸੀ ਜਿਹੜੇ ਬਿਗ ਹੈਡਡ ਹੋ ਗਏ ਸੀ ਲੋਕ ਕਈ ਦੇਸ਼ਾਂ ਦੇ ਦੇਸ਼ ਆਪਣੇ ਆਪ ਨੂੰ ਬਹੁਤ ਬਿਗ ਹੈਡਡ ਸਮਝਦੇ ਸੀ ਕੁਦਰਤ ਨੇ ਸਾਰੇ ਗਰਾਊਂਡ ਜ਼ੀਰੋ ਤੇ ਲੈ ਆਉਂਦੇ ਨੇ ਕੁਦਰਤ ਨੇ ਸਾਰੇ ਇੱਕ ਥਾਂ ਤੇ ਇਕੱਠੇ ਕਰਦੇ ਨੇ ਉਹਨੇ ਦੱਸ ਦਿੱਤਾ ਹੈ ਕਿ ਸਾਰਾ ਸੰਸਾਰ ਇੱਕ ਛੋਟਾ ਜਿਹਾ ਪਿੰਡ ਹੈ ਜਦੋਂ ਕੋਈ ਸਮੱਸਿਆ ਆਉਂਦੀ ਹੈ ਇਹਦੀ ਇਕੱਠੇ ਹੋ ਕੇ ਜੇ ਤੁਸੀਂ ਹੱਲ ਨਹੀਂ ਲੱਭਦੇ ਤਾਂ ਤੇ ਤੁਸੀਂ ਸਾਰੇ ਹੀ ਨੁਕਸਾਨ ਦੇ ਵਿੱਚ ਹੋ ਅੱਜ ਕੁਦਰਤ ਨੇ ਵੀ ਸਾਡੇ ਕੋਲੋਂ ਟਾਈਮ ਲਿਆ ਕੁਦਰਤ ਆਪਣੇ ਆਪ ਨੂੰ ਨਿਖਾਰ ਰਹੀ ਹੈ ਅੱਜ ਅਸਮਾਨ ਵੱਲ ਦੇਖੋ ਤੇ ਲੱਗਦਾ ਨੀ ਜਿੱਦਾਂ ਅਸਮਾਨ ਅੱਜ ਕੰਘੀ ਸ਼ੰਗੀ ਵਾਹ ਕੇ ਤਿਆਰ ਹੋ ਗਿਆ ਹੈ ਜ਼ਮੀਨ ਨਾਲ ਦੇਖੋ ਲੱਗਦਾ ਧਰਤੀ ਨਹਾ ਕੇ ਨਿਖਰ ਕੇ ਨਿੱਤਰ ਕੇ ਸਾਹਮਣੇ ਆਈ ਹੈ ਦਰਿਆ ਸਾਫ਼ ਹੋ ਗਏ ਨੇ ਹਵਾਵਾਂ 'ਚ ਆਕਸੀਜਨ ਆ ਗਈ ਓਜ਼ੋਨ ਦੀ ਲੇਅਰ ਸਾਫ਼ ਹੋ ਗਈ ਹੈ ਜਲੰਧਰ ਬੈਠੇ ਤੁਹਾਨੂੰ ਹਿਮਾਲਿਆ ਦਿਸਣ ਲੱਗ ਪਿਆ ਸੋ ਇਹ ਧਰਤੀ ਨੇ ਟਾਈਮ ਲਿਆ ਤੁਹਾਡੇ ਕੋਲੋਂ ਪਸ਼ੂ ਪਰਿੰਦਿਆਂ ਨੂੰ ਆਜ਼ਾਦ ਕੀਤਾ ਇਹ ਤਾਂ ਬਿਲਕੁਲ ਨੈਗੇਟਿਵ ਲੈਣ ਦੀ ਲੋੜ ਨਹੀਂ ਇਹ ਧਰਤੀ ਤੇ ਹੋਣਾ ਸੀ ਇੱਕ ਦਿਨ ਅਸੀਂ ਆਪਣੇ ਅੱਖੀ ਹੁੰਦਾ ਦੇਖਿਆ ਬੜੀ ਵੱਡੀ ਗੱਲ ਮੈਂ ਕਹਿਣਾ ਚਾਹ ਰਹੀ ਸੀ ਕਿ ਇਹ ਜਿਹੜਾ ਨਜ਼ਰੀਆ ਸੀਗਾ ਇਹ ਗੁਰਪ੍ਰੀਤ ਦਾ ਨਜ਼ਰੀਆ ਸੀਗਾ ਕੁੱਗੀ ਦਾ ਨਜ਼ਰੀਆ ਕੀ ਹੈਗਾ ਇਸ ਵੇਲੇ ਦੁਨੀਆ ਵੱਲ ਕੁੱਗੀ ਦਾ ਨਜ਼ਰੀਆ ਇਹ ਹੈ ਜੀ ਕਿ ਜਿਹੜੇ ਕੰਮਾਂ ਤੋਂ ਇੰਨੇ ਸਾਲਾਂ ਤੋਂ ਬਚੇ ਹੋਏ ਸੀ ਹੁਣ ਉਹ ਕੰਮ ਕਰਨੇ ਪੈ ਰਹੇ ਨੇ ਮਤਲਬ ਵੋਟੀ ਨੂੰ ਐਵੇਂ 4 ਘੰਟੇ ਕੰਮ ਕਰਕੇ ਆ ਕੇ 14 ਘੰਟੇ ਦੀ ਥਕਾਵਟ ਦੱਸੀ ਦੀ ਸੀ ਅਗਲੀ ਵੀ ਅੱਗੇ ਪਿੱਛੇ ਫਿਰਦੀ ਰਹਿੰਦੀ ਸੀ ਪਰ ਹੁਣ ਉਹਨੇ ਵੇਖ ਲਿਆ ਬੇਟੀ ਕੋਈ ਗੱਲ ਹੈ ਨਹੀਂ ਵੈਸੇ ਜ਼ਿਆਦਾ ਹੀ ਨਖਰਾ ਕਰਦੇ ਸੋ ਹੁਣ ਜਿਹੜੇ ਕਦੀ ਨਹੀਂ ਸੀ ਸਾਫ਼ ਕੀਤੇ ਪੱਖੇ ਵੀ ਸਾਫ਼ ਕਰਨੇ ਪੈ ਰਹੇ ਔਰ ਉਹ ਸੁੱਤੇ ਸੁੱਤੇ ਜਦੋਂ ਸਵੇਰੇ ਸਵੇਰੇ ਡੌਗੀ ਦੀ ਸੰਗਲੀ ਫੜਾ ਦਿੰਦੇ ਜਾਓ ਇਹਨੂੰ ਬਾਹਰ ਲੈ ਜਾਓ ਜ਼ਰਾ ਤੇ ਇਹਨਾਂ ਦੇ ਮਤਲਬ ਮੇਰੇ ਕੁੱਤਾ ਮੇਰੇ ਨਾਲ ਜ਼ਿਆਦਾ ਘੁੰਮਿਆ ਸੀ ਬਾਹਰ ਹੁਣ ਮੈਨੂੰ ਵੀ ਘੁੰਮਣਾ ਪੈ ਰਿਹਾ ਉਹਦੇ ਨਾਲ ਮੈਨੂੰ ਕੁੱਤਾ ਸਗੋਂ ਮੇਰੇ ਡੌਗ ਲਈ ਫਿਰਦਾ ਇੱਧਰ ਨਹੀਂ ਜਾਣਾ ਭਾਜੀ ਇੱਧਰ ਮੇਰਾ ਮਹੱਲਾ ਮੇਰੀ ਸੁਸਾਇਟੀ ਸਾਡਾ ਡੌਗ ਦਿਖਾ ਰਿਹਾ ਹੈ ਸੋ ਜਿਹੜੇ ਕੰਮ ਕਦੀ ਨਹੀਂ ਸੀ ਕੀਤੇ ਉਹ ਕਰਨੇ ਪੈ ਰਹੇ ਨੇ ਔਰ ਇੱਕ ਚੀਜ਼ ਹੋਰ ਨੋਟ ਕੀਤੀ ਹੈ ਕਿ ਅਸੀਂ ਜਿਹੜਾ ਇੱਕ ਦਿਮਾਗ 'ਚ ਹੁੰਦਾ ਸੀ ਨਾ ਵੀ ਜਨਾਨੀਆਂ ਵਿਹਲੀਆਂ ਰਹਿੰਦੀਆਂ ਸਾਰਾ ਦਿਨ ਘਰ ਕਰਦੀਆਂ ਕੀ ਨੇ ਨਖਰੇ ਹੀ ਹੈ ਇਹਨਾਂ ਦੇ ਹੁਣ ਪਤਾ ਲੱਗ ਗਿਆ ਵੀ ਭਾਈ ਘਰ ਰਹਿਣਾ ਬੜਾ ਔਖਾ ਪਰ ਵਿਹਲੀਆਂ ਨਹੀਂ ਕੰਮ ਬੜੇ ਹੁੰਦੇ ਨੇ ਘਰਾਂ ਦੇ ਵਿੱਚ ਤੇ ਮਿਸਿਸ ਬੜੈਚ ਦੇ ਕਾਬੂ 'ਚ ਕੌਣ ਆਂਦਾ ਹੈ ਗੁਰਪ੍ਰੀਤ ਜਾਂ ਕੁੱਗੀ ਦੇਖੋ ਦੁਨੀਆ ਦੇ ਵਿੱਚ ਬੰਦਾ ਆਪਣਾ ਜਿਹੜਾ ਮਰਜ਼ੀ ਨਾਂ ਰੱਖ ਲਵੇ ਜੇ ਉਹ ਬੰਦਾ ਹੈ ਤੇ ਕਾਬੂ ਬੀਬੀ ਦੇ ਹੀ ਆਉਣਾ ਨਾ ਜੋ ਮਰਜ਼ੀ ਕਰ ਲਓ ਤੁਸੀਂ ਬਾਹਰ ਜਿੱਡਾ ਮਰਜ਼ੀ ਸ਼ਾਹ ਸਵਾਰ ਹੋਵੇ ਬਾਹਰ ਜਿੱਡਾ ਮਰਜ਼ੀ ਖਰਬੀ ਖਾਣ ਫਿਰ ਬਣ ਕੇ ਫਿਰਦਾ ਹੋਵੇ ਸ਼ੇਰ ਬਣ ਕੇ ਘੁੰਮਦਾ ਹੋਵੇ ਘਰ ਆਉਂਦਾ ਹੁੰਦਾ ਆਪਣਾ ਸਾਈਜ਼ ਕਰਕੇ ਬਿੱਲੀ ਜਿੱਡਾ ਕਰ ਲੈਂਦਾ ਸੋ ਮੈਂ ਹੁਣ ਉਹੀ ਸਾਈਜ਼ ਦੇ ਵਿੱਚ ਕਰ ਰਹਿ ਰਿਹਾ ਅੱਜ ਕੱਲ ਆਪਣੇ ਮਤਲਬ ਕਾਬੂ ਗੁਰਪ੍ਰੀਤ ਹੀ ਆਏ ਹੋਏ ਨੇ ਤੇ ਕੁੱਗੀ ਵੀ ਆਈ ਹੋਈ ਹੈ ਨਹੀਂ ਕੁੱਗੀ ਸ਼ੈਤਾਨ ਆਉਂਦੇ ਨਿਕਲ ਜਾਣਾ ਸੀ ਗੁਰਪ੍ਰੀਤ ਨੂੰ ਕਾਬੂ ਆਉਣਾ ਪਿਆ ਜੀ ਤੇ ਵੈਸੇ ਕੁੱਗੀ ਕਹਿੰਦੀ ਨਹੀਂ ਕਦੇ ਕਦੇ ਇੱਕ ਵੀ ਚੱਲ ਵਈ ਗੁਰਪ੍ਰੀਤ ਹੁਣ ਕਿੰਨਾ ਕੁ ਬੈਠਣਾ ਹੈ ਨਹੀਂ ਉਹ ਦਿਲ ਤਾਂ ਕਰਦਾ ਸੱਚੀ ਦੱਸਾਂ ਨਿਕਲਣ ਨੂੰ ਭੱਜਣ ਨੱਠਣ ਨੂੰ ਬਟ ਕਿਉਂਕਿ ਸਮਾਜਿਕ ਜ਼ਿੰਮੇਵਾਰੀਆਂ ਇਦਾਂ ਹੁੰਦੀਆਂ ਜੇ ਸਾਨੂੰ ਹੀ ਲੋਕ ਬਾਹਰ ਘੁੰਮਦੇ ਫਿਰਦੇ ਦੇਖਣਗੇ ਤਾਂ ਉਹ ਲੋਕਾਂ ਨੇ ਇੱਕ ਨਾ ਤੁਹਾਡੇ ਤੋਂ ਸੇਧ ਲੈਣੀ ਹੁੰਦੀ ਹੈ ਉਹ ਤੁਹਾਡਾ ਨੈਗੇਟਿਵ ਅਸਰ ਜਾਂਦਾ ਸੋਸਾਇਟੀ ਤੇ ਕਲਾਕਾਰ ਸਮੇਂ ਸਮੇਂ ਤੇ ਲੋਕਾਂ ਦਾ ਰੋਲ ਮਾਡਲ ਬਣਦਾ
ਸੋ ਕਲਾਕਾਰ ਨੂੰ ਇੱਥੇ ਵੀ ਰੋਲ ਮਾਡਲ ਬਣਨ ਦੀ ਲੋੜ ਹੈ ਕਿ ਅਸੀਂ ਸਾਰਾ ਦਿਨ ਮੂਵਮੈਂਟ 'ਚ ਰਹਿਣ ਵਾਲੇ ਲੋਕ, ਫਲਾਈਟਾਂ 'ਚ ਰਹਿਣ ਵਾਲੇ, ਸ਼ੂਟਿੰਗਸ 'ਤੇ ਰਹਿਣ ਵਾਲੇ, ਅਸੀਂ ਮਤਲਬ ਇੱਕ ਮਹੀਨੇ ਦੇ ਵਿੱਚ 3 ਦੇਸ਼ ਬਦਲ ਜਾਂਦੇ ਸੀ, ਤੇ ਹੁਣ ਤਾਂ ਟੈਲੀਫੋਨ ਆਉਂਦਾ ਤੇ ਇੱਕ ਦੂਜੇ ਨੇ ਇਹ ਪੁੱਛੀਦਾ ਹਾਂ ਵੀ ਕਿਹੜੇ ਕਮਰੇ 'ਚ ਹੈ, ਅੱਗੇ ਪੁੱਛੀਦਾ ਸੀ ਕਿਹੜੇ ਸ਼ਹਿਰ ਹੈ, ਕਿਹੜੀ ਕੰਟਰੀ 'ਚ ਹੈ, ਹੁਣ ਕਮਰਾ ਪੁੱਛੀਦਾ ਵੀ ਕਿਹੜੇ ਕਮਰੇ 'ਚ ਹੈ। ਤੇ ਦੇਖੋ ਰੋਲ ਮਾਡਲ ਬਣਨ ਦੀ ਲੋੜ ਹੈ, ਜੇ ਅਸੀਂ ਘਰਾਂ 'ਚ ਰਹਿ ਸਕਦੇ ਹਾਂ ਤੇ ਲੋਕਾਂ ਨੂੰ ਵੀ ਇਹ ਗੱਲ ਸਮਝ ਆਉਂਦੀ ਯਾਰ, ਇਹ ਕਲਾਕਾਰ ਵੀ ਘਰਾਂ 'ਚ ਤੜੇ ਹੋਏ ਨੇ ਤੇ ਸਾਨੂੰ ਵੀ ਘਰਾਂ 'ਚ ਹੀ ਰਹਿਣਾ ਚਾਹੀਦਾ। ਕਿਉਂਕਿ ਭਾਈ ਤੁਹਾਡੇ ਨਾਲ ਜਿਹੜਾ ਮਤਲਬ ਮੇਰਾ ਜਿਹੜਾ ਪਹਿਲਾ ਰਾਬਤਾ ਹੋਇਆ ਸੀ ਜਦੋਂ ਮੈਂ ਪਹਿਲੀ ਵਾਰ ਤੁਹਾਨੂੰ ਸਕਰੀਨ ਤੇ ਦੇਖਿਆ ਸੀਗਾ, ਤੇ ਉਸ ਵੇਲੇ ਤੁਸੀਂ ਇੱਕ ਜਿਹੜਾ ਸਭ ਤੋਂ ਫੇਮਸ ਜੋਕ ਸੀਗਾ ਤੁਹਾਡਾ, ਤੁਸੀਂ ਆਪਣੇ ਨਾਲ ਹੀ ਜੋੜਿਆ ਸੀਗਾ, ਤੂੰ ਘੁੱਗੀਆਂ ਉੱਡ ਕੇ ਵਖਾ, ਤੇ ਇਸ ਵੇਲੇ ਵੀ ਕਈ ਸਾਰੇ ਹੈਗੇ ਥੋੜਾ ਬਦਲ ਗਿਆ ਹੁਣ, ਕਹਿੰਦਾ ਘੁੱਗੀਆਂ ਤੇ ਆਲਣੇ ਚ ਹੀ ਰਹਿ ਕੇ ਦਿਖਾ। ਨਹੀਂ ਇਸ ਵੇਲੇ ਵੀ ਕਈ ਨੇ ਜਿਹੜੇ ਘੁੱਗੀ ਵੀ ਨਹੀਂ ਹੈਗੇ ਪਰ ਉੱਡ ਕੇ ਵਿਖਾਉਣਾ ਚਾਹੁੰਦੇ, ਕਦੇ ਸੜਕਾਂ ਤੇ ਉੱਡਣਾ ਚਾਹੁੰਦੇ ਹੈ, ਕਦੇ ਬਾਈਕ ਤੇ ਜਾ ਕੇ ਉੱਡਣਾ ਚਾਹੁੰਦੇ ਹੈ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਨਹੀਂ ਉਹਨਾਂ ਨੂੰ ਲਾਉਣ ਵਾਲੇ ਲਾ ਲੈਂਦੇ ਆ ਜੀ, ਫਿਰ ਫਿਰ ਬਜ਼ਾਰਾਂ ਹੀ ਥੱਲੇ ਲਾ ਲੈਂਦੇ ਨੇ ਉਹਨਾਂ ਨੂੰ, ਤੇ ਫਿਰ ਉਹ ਮਤਲਬ ਮੁੜ ਕੇ ਜਿਹੜੇ ਘਰ ਟੇਕੇ ਨਹੀਂ ਨਾ ਬਹਿ ਸਕਦੇ, ਇੱਕ ਵਾਰੀ ਬਾਹਰੋਂ ਜਦੋਂ ਗੇੜੀ ਕੱਟ ਕਹਿੰਦੇ ਫਿਰ ਘਰ ਉਹਨਾਂ ਕੋਲ ਕੁਰਸੀ ਤੇ ਵੀ ਨਹੀਂ ਬੈਠਿਆ ਜਾਂਦਾ ਘਰ, ਇੱਦਾਂ ਦੀ ਸੇਵਾ ਕਰਾ ਕੇ ਆਉਂਦੇ ਨੇ। ਸੋ ਪਰ ਉਹ ਨਹੀਂ, ਮੇਰੇ ਖਿਆਲ ਲੋਕ ਹੁਣ ਸਮਝ ਗਏ ਨੇ ਜੀ, ਇਹ ਨਵੇਂ ਨਵੇਂ ਜਦੋਂ ਲੋਕ ਇੰਟਰੋਡਿਊਸ ਹੋਏ ਸੀ ਨਾ ਲੋਕਡਾਊਨ ਦੇ ਨਾਲ, ਉਦੋਂ ਸਮੱਸਿਆ ਆਈ ਸੀ, ਉਦੋਂ ਮੰਡੀਰ ਨੂੰ ਥੋੜਾ ਚਾ ਚੜਿਆ ਸੀ ਖਾਲੀ ਸੁਣੀਆਂ ਸੜਕਾਂ ਵੇਖਣ ਦਾ ਤੇ ਟਿਕਟੌਕ ਬਣਾਉਣ ਦਾ ਵੀ ਗਲੀਆਂ ਹੋ ਜਾਣ ਸੁਣੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ, ਪਰ ਹੌਲੀ ਹੌਲੀ ਲੋਕਾਂ ਨੂੰ ਸੀਰੀਅਸਨੈਸ ਸਮਝ ਆਈ ਇਹਦੀ, ਮੇਰੇ ਖਿਆਲ ਹੁਣ ਨੀ ਲੋਕੀ ਐਂ ਕਰ ਰਹੇ, ਹੁਣ ਜੇ ਕੋਈ ਬਾਹਰ ਆਉਂਦਾ ਤਾਂ ਮਜਬੂਰੀ ਦਾ ਮਾਰੇ ਬਾਹਰ ਆ ਰਿਹਾ, ਔਰ ਹਾਲਾਤਾਂ ਨੇ ਤੁਹਾਨੂੰ ਬੜਾ ਕੁਛ ਸਿਖਾਤਾ, ਹੁਣ ਬੜੇ ਬੜੇ ਵੱਡੇ ਖੱਬੀ ਖਾਨ ਜਿਹੜੇ ਨੇ ਉਹ ਬਾਰੀ ਖੋਲ ਕੇ ਇੰਨੀ ਕੁ ਦੇਖ ਲੈਂਦੇ ਨੇ ਵੀ ਬਾਹਰ ਦੁੱਧ ਵਾਲਾ ਆਇਆ ਕਿ ਸਬਜ਼ੀ ਵਾਲਾ ਆਇਆ, ਬਾਹ ਨੀ ਪੂਰੀ ਬਾਹਰ ਕੱਢਦੇ। ਗੁਰਪ੍ਰੀਤ ਨੂੰ ਘੁੱਗੀ ਦੇ ਪਾਰਟ ਨਾਲ ਜ਼ਿਆਦਾ ਜਾਣਦੇ ਨੇ, ਬਟ ਜਿਹੜੀ ਗੁਰਪ੍ਰੀਤ ਦੀ ਸੀਰੀਅਸਨੈਸ, ਜਿਹੜਾ ਉਹਨਾਂ ਦਾ ਲਿਖਣਾ ਹੈਗਾ, ਜਿਹੜੀ ਉਹਨਾਂ ਦੀ ਸੋਚ ਹੈਗੀ ਦੁਨੀਆ ਵੱਲ, ਜਿਹੜੀ ਆਪਾਂ ਕਦੇ ਕਦੇ ਗਾਣਿਆਂ 'ਚ ਵੀ ਦੇਖਦੇ ਹੈਗੇ ਹਾਂ, ਉਹਨੇ ਵੀ ਤਾਂ ਕੁਝ ਅੱਡ ਕਿਹਾ ਹੋਣਾ, ਉਹ ਤੁਸੀਂ ਕੁਝ ਸ਼ੇਅਰ ਕਰ ਸਕਦੇ ਹੋ? ਬਸ ਜੀ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਕਰੋਨਾ ਦਾ ਟਾਈਮ ਹੈ ਤੇ ਸੀਰੀਅਸਨੈਸ ਵੈਸੇ ਹੀ ਬਹੁਤ ਜ਼ਿਆਦਾ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਵੈਸੇ ਵੀ ਆਈ ਹੋਈ ਸੀ ਤੇ ਕਰੋਨਾ ਨੇ ਥੋੜਾ ਹੋਰ ਡਰਾ ਦਿੱਤਾ। ਤੇ ਮੈਂ ਲਿਖਣ ਚਲੋ ਲਿਖਦੇ ਤਾਂ ਮਾੜਾ ਮੋਟਾ ਰਹੀਦਾ ਜੀ, ਪਰ ਮੈਂ ਅੱਜ ਕੱਲ ਪੜ੍ਹਨ ਤੇ ਜ਼ਿਆਦਾ ਧਿਆਨ ਦੇ ਰਿਹਾ ਜੀ, ਤੇ ਮੈਂ ਪੜ੍ਹ ਰਿਹਾ ਔਰ ਮੈਂ ਨਾ ਇੱਕ ਗੀਤ ਸ਼ੇਅਰ ਜ਼ਰੂਰ ਕਰਾਂਗਾ ਤੁਹਾਡੇ ਨਾਲ ਜੀ, ਜਿਹੜਾ ਅਸੀਂ ਮੇਰਾ ਜੱਸੀ ਨੇ ਗਾਇਆ ਸੀ ਗੀਤ, ਜੋ ਪੰਜਾਬ ਅਸੀਂ ਹੁਣ ਮਿਸ ਕਰਨ ਲੱਗ ਪਏ ਸੀ ਨਾ, ਕਿ ਕਦੇ ਤੁਸੀਂ ਚਿੜੀਆਂ ਨਹੀਂ ਸੀ ਸਵੇਰੇ ਸੁਣੀਆਂ, ਜ਼ਿੰਦਗੀ ਦੇ ਸ਼ੋਰ ਸ਼ਰਾਬੇ ਚ ਤੁਹਾਨੂੰ ਗੁਰਦੁਆਰੇ ਦੀ ਮੰਦਿਰ ਦੀ ਆਵਾਜ਼ ਨਹੀਂ ਸੀ ਕਦੀ ਘਰਾਂ ਦੇ ਵਿੱਚ ਪਹੁੰਚੀ, ਹੁਣ ਉਹ ਵੀ ਆਉਣ ਲੱਗ ਪਈ ਵਾਪਸ ਤੁਹਾਨੂੰ। ਸੋ ਮੈਨੂੰ ਜੱਸੀ ਨੇ ਗੀਤ ਮੇਰਾ ਗਾਇਆ ਸੀ, ਮੈਨੂੰ ਉਹਦੇ ਬੋਲ ਯਾਦ ਆ ਗਏ ਕਿ ਉਹ ਫੁੱਟਦੀ ਚਿੜੀਆਂ ਚੂਕਦੀਆਂ ਕਿਤੇ ਰੋਈਏ ਕੋਇਲਾਂ ਕੂਕਦੀਆਂ, ਅੱਜ ਫੇਰ ਸ਼ਹਿਰਾਂ ਚ ਵੀ ਕੋਇਲਾਂ ਕੂਕਦੀਆਂ ਸੁਣਦੀਆਂ ਪਈਆਂ ਲੋਕਾਂ ਨੂੰ, ਪੋ ਫੁੱਟਦੀ ਚਿੜੀਆਂ ਚੂਕਦੀਆਂ ਕਿਤੇ ਰੋਈਏ ਕੋਇਲਾਂ ਕੂਕਦੀਆਂ, ਚਾਟੀ ਕੋਲ ਵੰਗਾਂ ਖਣਕਦੀਆਂ ਬਲਦਾਂ ਕੋਲ ਟੱਲੀਆਂ, ਬਲਦਾਂ ਕੋਲ ਟੱਲੀਆਂ ਖਣਕਦੀਆਂ, ਚਾਟੀ ਕੋਲ ਵੰਗਾਂ ਛਣਕਦੀਆਂ, ਜਿੱਥੇ ਕੁਦਰਤ ਪੰਜਾਂ ਪਾਣੀਆਂ ਤੇ ਸਤਿਗੁਰ ਪੰਜਾਂ ਬਾਣੀਆਂ ਦੀ ਰਹਿਮਤ ਕਰਦੀ, ਉਹ ਪੰਜਾਬ ਦੀ ਧਰਤੀ ਜੀ ਮੇਰੀ, ਉਹ ਪੰਜਾਬ ਦੀ ਧਰਤੀ। ਸੋ ਦੁਬਾਰਾ ਪੰਜਾਬ ਦੀ ਉਹ ਧਰਤੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ, ਸਵੇਰੇ ਉੱਠਦੇ ਆ ਚਿੜੀਆਂ ਚੂਕਦੀਆਂ ਹੁੰਦੀਆਂ, ਕੋਇਲਾਂ ਦੀਆਂ ਆਵਾਜ਼ਾਂ ਆਉਂਦੀਆਂ, ਗੁਰਦੁਆਰੇ ਦੀ ਆਵਾਜ਼ ਤੁਹਾਡੇ ਕੰਨਾਂ ਦੇ ਵਿੱਚ ਪੈਂਦੀ ਹੈ, ਲੱਗਦਾ ਕਿ ਅਸੀਂ ਵਾਪਸ ਉਸ ਸੰਸਾਰ ਦੇ ਵਿੱਚ ਚਲੇ ਗਏ ਜਿਹੜਾ ਅਸੀਂ ਆਪਣੀਆਂ ਗਲਤੀਆਂ ਦੇ ਨਾਲ ਗਵਾਇਆ ਸੀ। ਚਲੋ ਫਿਲਮਾਂ ਵੱਲ ਮੈਂ ਵੈਸੇ ਥੋੜਾ ਜਿਹਾ ਲੇਟ ਹੀ ਆਉਣਾ ਚਾਹ ਰਹੀ ਸੀ, ਪਰ ਫਿਰ ਵੀ ਮੈਂ ਚਲੋ ਹੁਣ ਗੱਲ ਸ਼ੁਰੂ ਹੋਈ ਹੈ ਤਾਂ ਮੈਂ ਪੁੱਛਣਾ, ਲੇਟ ਲੇਟ ਕਿਉਂ ਆਉਣਾ ਚਾਹੁੰਦੇ, ਬੱਸ ਮਿਸ ਹੋ ਗਈ ਤੁਹਾਡੀ? ਨਹੀਂ ਮੈਂ ਕਿਹਾ ਥੋੜੀ ਬੱਸ ਮਿਸ ਕਰਕੇ ਦੇਖ ਲਾਂ ਕਿ ਮਿਸ ਹੋ ਜਾਏ, ਮੈਂ ਅਗਲੀ ਚੜ ਕੇ ਆ ਜਾ, ਉਨੀ ਦੇਰ ਮੈਂ ਤੁਹਾਡੇ ਨਾਲ ਇੱਥੇ ਗੱਲ ਕਰ ਲਾਂ ਹੋਰ, ਹੈ ਮੈਂ ਤਾਂ ਵੈਸੇ ਵੀ ਬਹੁਤ ਚਿਰ ਬਾਅਦ ਤੁਹਾਡੇ ਨਾਲ ਮੁਲਾਕਾਤ ਹੋਈ ਹੈ। ਤੇ ਜਿਹੜੇ ਇੱਕ ਪ੍ਰੋਡਿਊਸਰ ਗੁਰਪ੍ਰੀਤ ਜੀ ਨੇ, ਜਿਹੜੇ ਇੱਕ ਐਕਟਰ ਸੀਰੀਅਸ ਮੂਵੀਜ਼ ਦੇ ਗੁਰਪ੍ਰੀਤ ਜੀ ਨੇ, ਤੇ ਜਿਹੜੇ ਕਾਮੇਡੀ ਮੂਵੀਜ਼ ਦੇ ਗੁਰਪ੍ਰੀਤ ਘੁੱਗੀ ਜੀ ਨੇ, ਤਿੰਨਾਂ 'ਚ ਬੈਲੈਂਸ ਕਿਸ ਤਰ੍ਹਾਂ ਕਰਦੇ ਆ ਤੁਸੀਂ? ਦੇਖੋ ਜੀ ਜਿਹੜਾ ਗੁਰਪ੍ਰੀਤ ਹੈ ਨਾ ਜੀ, ਉਹ ਥੀਏਟਰ ਦਾ ਆਰਟਿਸਟ ਹੈ, ਉਹਨੇ ਥੀਏਟਰ 'ਚੋਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਸੀ, ਭਾਜੀ ਗੁਰਸ਼ਰਨ ਸਿੰਘ ਹੋਣਾ ਨਾਲ ਥੀਏਟਰ ਕੀਤਾ, ਸਰਦਾਰਜੀਤ ਬਾਵਾ ਹੋਣਾ ਨਾਲ ਥੀਏਟਰ ਕੀਤਾ, ਆਪਣਾ ਥੀਏਟਰ ਗਰੁੱਪ ਚਲਾਇਆ, ਪਰ ਸਾਡੇ ਪੰਜਾਬ ਦੀ ਟ੍ਰੈਜਡੀ ਰਹੀ। ਹੁਣ ਫਿਰ ਕਰੈਕਟਰ ਕਲਾਕਾਰਾਂ ਨੂੰ ਰੋਜ਼ੀ ਰੋਟੀ ਮਿਲਣ ਲੱਗ ਪਈ ਹੈ ਫਿਲਮਾਂ ਦੇ ਵਿੱਚ, ਜਦੋਂ ਅਸੀਂ ਸ਼ੁਰੂ ਕੀਤਾ ਸੀ ਕਰੈਕਟਰ ਐਕਟਰ ਕੋਲ ਕੋਈ ਸਾਧਨ ਹੀ ਨਹੀਂ ਸੀ ਕੋਈ ਰੋਜ਼ੀ ਰੋਟੀ ਕਮਾ ਸਕੇ, ਉਹ ਸ਼ੌਕ ਪੂਰਾ ਕਰ ਸਕਦਾ ਸੀ
ਫਿਲਮਾਂ 'ਚ ਜਾਂ ਟੈਲੀਵਿਜ਼ਨ ਤੇ ਆਉਣ ਦਾ, ਪਰ ਨਾਲ ਉਹਨੂੰ ਕੋਈ ਜੌਬ ਕਰਨੀ ਪੈਂਦੀ ਸੀ ਕਿਤੇ, ਭਾਵੇਂ ਪ੍ਰਾਈਵੇਟ ਟੀਚਰ ਲੱਗਾ ਹੋਵੇ, ਕੋਈ ਵਿਚਾਰਾ ਸਰਕਾਰੀ ਨੌਕਰੀ ਸੀ ਉਹਦੋਂ ਛੁੱਟੀ ਲੈ ਕੇ ਆਉਂਦਾ ਹੁੰਦਾ ਸੀ ਟੀਵੀ ਕਰਨ ਵਾਸਤੇ, ਪੈਸੇ ਨਹੀਂ ਸੀ ਹੁੰਦੇ। ਫਿਰ ਇਹ ਜਿਹੜਾ ਕਰੈਕਟਰ ਘੁੱਗੀ ਹੈ ਨਾ ਜੀ, ਇਹ ਫਿਰ ਮੇਰਾ ਕਮਾਊ ਪੁੱਤ ਬਣ ਕੇ ਸਾਹਮਣੇ ਆਇਆ। ਫਿਰ ਮੈਨੂੰ ਪਤਾ ਲੱਗ ਗਿਆ ਵੀ ਜੇ ਕਾਮੇਡੀ ਨਹੀਂ ਕਰਾਂਗਾ ਨਾ ਤੇ ਫਿਰ ਮੈਂ ਜ਼ਿੰਦਗੀ 'ਚ ਉਹ ਕਰ ਨਹੀਂ ਪਾਵਾਂਗਾ ਜੋ ਮੈਂ ਕਰਨਾ ਚਾਹੁੰਦਾ। ਫਿਰ ਮੈਂ ਗੁਰਪ੍ਰੀਤ ਨੇ ਘੁੱਗੀ ਨੂੰ ਕੰਮ ਤੇ ਲਾਇਆ ਵੀ ਕਾਕਾ ਕੰਮ ਤੇ ਲੱਗ ਤੇ ਚਾਰ ਪੈਸੇ ਕਮਾ, ਰੋਜ਼ੀ ਰੋਟੀ ਆਵੇ, ਤਾਂ ਹੀ ਪ੍ਰੋਫੈਸ਼ਨਲੀ ਇਸ ਲਾਈਨ ਦੇ ਵਿੱਚ ਕੰਮ ਕਰ ਸਕਦਾ। ਪਰ ਮੈਂ ਆਪਣੇ ਅੰਦਰਲਾ ਜਿਹੜਾ ਐਕਟਰ ਸੀ ਉਹਨੂੰ ਕਦੇ ਨਹੀਂ ਮਰਨ ਦਿੱਤਾ। ਚਾਹੇ ਫਿਲਮ ਸੀ ਇੱਕ ਕੁੜੀ ਪੰਜਾਬ ਦੀ, ਉਹਦੇ 'ਚ ਲਾਲੀ ਬਾਬਾ, ਦਾਣਾ ਪਾਣੀ ਦੇ ਵਿੱਚ ਜਿਹੜਾ ਮੇਰਾ ਕਰੈਕਟਰ ਸੀ, ਜੱਟ ਜੇਮਸ ਬੌਂਡ ਦੇ ਵਿੱਚ ਮੇਰਾ ਸੀਰੀਅਸ ਕਰੈਕਟਰ ਸੀ, ਅਰਦਾਸ ਫਿਲਮ, ਫਿਰ ਅਰਦਾਸ ਕਰਾਂ ਫਿਲਮ ਜਿਹੜੀ ਸਾਡੀ ਆਈ ਸੀ। ਸੋ ਮੈਂ ਐਕਟਰ ਗੁਰਪ੍ਰੀਤ ਤੋਂ ਵੀ ਕੰਮ ਲੈਂਦਾ ਰਿਹਾ, ਪਰ ਘੁੱਗੀ ਐਜ਼ ਅ ਕਮੇਡੀਅਨ ਆਪਣਾ ਨਾਮ ਬਣਾ ਕੇ, ਲੋਕਾਂ ਦੇ ਦਿਲਾਂ 'ਚ ਆਪਣੀ ਥਾਂ ਬਣਾ ਕੇ ਮੇਰੇ ਲਈ ਕੰਮ ਕਰਦਾ ਰਿਹਾ ਔਰ ਕਰ ਰਿਹਾ। ਉਹਨੇ ਮੈਨੂੰ ਬਹੁਤ ਕੁਛ ਦਿੱਤਾ ਜੀ ਇਸ ਕਰੈਕਟਰ ਨੇ। ਜੋ ਵੀ ਜਿਹੜੀ ਰੋਟੀ ਹੈ ਉਹ ਗੁਰਪ੍ਰੀਤ ਨੇ ਦਿੱਤੀ ਮੈਨੂੰ, ਤੇ ਪੀਜ਼ਾ ਘੁੱਗੀ ਨੇ ਦਿੱਤਾ ਜੀ। ਜਿਹੜੀਆਂ ਮਨਮੋਹਨ ਸਿੰਘ ਜੀ ਦੀਆਂ ਮੈਂ ਫਿਲਮਾਂ ਕਰਦਾ ਹੁੰਦਾ ਸੀ, ਉਹਦੀ ਖਾਸੀਅਤ ਹੁੰਦੀ ਸੀ ਇੱਕ ਟੈਗ ਲਾਈਨ ਪੱਕੀ ਹੁੰਦੀ ਸੀ, ਜਿੱਦਾਂ ਜੀ ਆਇਆਂ ਨੂੰ ਫਿਲਮ ਸੀ, ਹਰਭਜਨ ਮਾਨ ਉਹਨਾਂ ਨਾਲ ਸਾਡੀ ਪਹਿਲੀ ਫਿਲਮ ਸੀ, ਉਹਨਾਂ ਦੀ ਵੀ ਪਹਿਲੀ ਸੀ, ਮੇਰੀ ਵੀ ਪਹਿਲੀ ਫਿਲਮ ਸੀ। ਉਹਦੇ ਵਿੱਚ ਸੀ ਇੱਕ ਨੰਬਰ ਦਾ ਕੰਮ ਕਰੀਦਾ, ਰਸੀਦ ਕੱਟ ਕੇ ਦੇਈਦੀ ਹੈ, ਇਹ ਮੇਰੀ ਪੱਕੀ ਇੱਕ ਲਾਈਨ ਸੀ, ਹਰ ਡਾਇਲੋਗ ਤੋਂ ਬਾਅਦ ਇਹ ਬੋਲਣੀ ਹੁੰਦੀ ਸੀ। ਏਦਾਂ ਹੀ ਝਿਲਮੇ ਸਿੰਘ ਪਟਵਾਰੀ ਸੀ, ਉਹ ਜਦੋਂ ਵੀ ਕੋਈ ਸ਼ੇਖੀ ਵਾਲਾ ਕੰਮ ਕਰਦਾ ਸੀ ਤੇ ਨਾਲ ਹੀ ਕਹਿ ਦਿੰਦਾ ਸੀ, ਕਹਿੰਦਾ ਸਾਡੇ ਰਾਜੇ ਘੁੱਗੀ ਕੂ ਨਹੀਂ ਕਰ ਸਕਦੀ, ਚਿੜੀ ਚੂ ਨਹੀਂ ਕਰ ਸਕਦੀ, ਇਹ ਲਾਈਨ ਉਦੋਂ ਬੜੀ ਪਾਪੂਲਰ ਹੋਈ ਸੀ। ਤੇ ਇੱਕ ਸੀਨ ਮੇਰਾ ਤੇ ਹਰਭਜਨ ਮਾਨ ਉਹਨਾਂ ਦਾ ਬੜਾ ਪਾਪੂਲਰ ਹੋਇਆ ਸੀ, ਉਹ ਦਾਰੂ ਪਿਆ ਰਿਹਾ, ਮੈਨੂੰ ਮੇਰੇ ਕੋਲੋਂ ਕੋਈ ਗੱਲ ਉਗਲਵਾ ਰਿਹਾ ਵੀ ਇਹਨੂੰ ਸੱਚ ਦੱਸੇ ਕੀ ਹੈ। ਤੇ ਉਹ ਮੈਨੂੰ ਕਹਿੰਦਾ ਪਟਵਾਰੀ ਸਾਹਿਬ ਮੈਂ ਸੋਚਦਾ ਵੀ ਤੁਹਾਨੂੰ ਹੁਣ ਮੈਂ ਬਾਹਰ ਲੈ ਜਾਂ, ਮੈਂ ਬਾਹਰ ਜਾ ਕੇ ਦਿੱਲੀ ਬੰਬੇ, ਕਹਿੰਦਾ ਨੀ ਦਿੱਲੀ ਬੰਬੇ ਨਹੀਂ ਕਨੇਡਾ, ਲੈ ਮੈਨੂੰ ਕਹਿੰਦਾ ਲੈ ਜੂ ਕਨੇਡਾ, ਕਹਿੰਦਾ ਮੇਰੀ ਜ਼ਿੰਮੇਵਾਰੀ ਪਟਵਾਰੀ ਸਾਹਿਬ ਮੈਂ ਲੈ ਕੇ ਜਾਊ ਤੁਹਾਡਾ, ਕਹਿੰਦਾ ਬਿਰਦਰ ਸਿਆ ਜੇਕਰ ਕਨੇਡਾ ਲੈ ਜਾ ਕਨੇਡਾ ਦੀ ਅੱਧੀ ਜ਼ਮੀਨ ਪਟਵਾਰੀ ਝਿੰਬਲ ਸਿੰਘ ਤੇਰੇ ਨਾਲ ਲਵਾ ਦੂ, ਯਾਦ ਰੱਖੇ ਪਟਵਾਰੀ ਝਿੰਬਲ ਸਿੰਘ, ਕਹਿੰਦਾ ਉਹ ਕਿੱਦਾਂ ਲਵਾ ਦੇਗਾ, ਲੈ ਕਹਿੰਦਾ ਸਹੀ ਗੱਲ ਤਾਂ ਇਹ ਹੈ ਕਿ ਜਿਹੜਾ ਪਟਵਾਰੀ ਹੈ ਨਾ ਤਹਿਸੀਲਦਾਰ ਤਾਂ ਕੀ ਜੇ ਆਪਣੀ ਆਈ ਤੇ ਆ ਜੇ ਮੁੱਖ ਮੰਤਰੀ ਨੂੰ ਵੀ ਭੰਬਲ ਭੂਸੇ ਲੈ ਨਾਲ ਹੀ ਹੋ ਜਾਂਦਾ ਦਾਰੂ ਪੀ ਕੇ ਟੱਲੀ, ਕਹਿੰਦਾ ਮੁੱਖ ਮੰਤਰੀ ਨੂੰ ਭੰਬਲ ਭੂਸੇ ਪਾ ਦਿੰਦਾ ਹੈ, ਲਓ ਜੀ ਪਟਵਾਰੀ ਸਾਹਿਬ ਚੱਲੇ ਕਨੇਡਾ। ਪਟਵਾਰੀ ਗਿਆ ਸੀ ਉਹ ਜੱਟ ਜੇਮਸ ਬੌਂਡ ਦੇ ਵਿੱਚ ਬੜਾ ਹੀ ਸੀਰੀਅਸ ਜਿਹਾ ਹੋ ਕੇ ਮੁੜਿਆ ਸੀਗਾ। ਆਏ ਘੁੱਗੀ ਜੀ, ਬਿਲਕੁਲ ਬਿਲਕੁਲ, ਮਤਲਬ ਜਿਹੜੀਆਂ ਜਿੰਨੀਆਂ ਵੀ ਆਪ ਜੀ ਦੀਆਂ ਮੂਵੀਜ਼ ਨੇ ਨਾ ਸਿਮਰ ਜੀ, ਗੱਲ ਇਹ ਹੈ ਕਿ ਜਿਹੜੀ ਫਿਲਮ ਹੈ ਨਾ ਉਹ ਜ਼ਿੰਦਗੀ ਦੀਆਂ ਖੁਸ਼ੀਆਂ ਚੋਂ ਵੀ ਉਪਜਦੀ ਹੈ ਤੇ ਜ਼ਿੰਦਗੀ ਦੀਆਂ ਤਲਖੀਆਂ ਦੇ ਵਿੱਚੋਂ ਵੀ ਨਿਕਲਦੀ ਹੈ। ਜ਼ਿੰਦਗੀ ਕਦੇ ਵੀ ਸਾਵੀਂ ਨਹੀਂ ਚੱਲਦੀ, ਜ਼ਿੰਦਗੀ ਦੇ ਦੋ ਪੈਡਲ ਜਿੱਦਾਂ ਸਾਈਕਲ ਦੇ ਹੁੰਦੇ ਆ ਨਾ ਜੀ, ਆਪਾਂ ਸਾਈਕਲ ਸਾਰਿਆਂ ਨੇ ਚਲਾਇਆ, ਇੱਕ ਪੈਡਲ ਉੱਪਰ ਜਾਂਦਾ ਤੇ ਦੂਜਾ ਓਬਵੀਅਸਲੀ ਥੱਲੇ ਜਾਂਦਾ ਹੀ ਜਾਂਦਾ, ਤਾਂ ਹੀ ਦੂਜਾ ਉੱਪਰ ਆਉਂਦਾ। ਸੋ ਏਦਾਂ ਹੀ ਸੁੱਖ ਦੁੱਖ ਨੇ, ਏਦਾਂ ਹੀ ਖੁਸ਼ੀਆਂ ਤੇ ਗਮੀਆਂ ਨੇ, ਏਦਾਂ ਅਪ ਡਾਊਨ ਚੱਲਦਾ। ਉਹ ਜਿਹੜਾ ਬਿੰਦਰ ਕਰੈਕਟਰ ਹੈ ਨਾ, ਉਹਦਾ ਡਾਇਲੋਗ ਦੇਖੋ, ਉਹਦੇ ਕਰੈਕਟਰ ਨੂੰ ਇੰਟਰੋਡਿਊਸ ਕਰਨ ਲਈ ਬਹੁਤ ਸੋਲਿਡ ਡਾਇਲੋਗ ਸੀਗਾ। ਉਹ ਜਦੋਂ ਮਿਸਤਰੀ ਕੋਲ ਛੱਤ ਤੇ ਬੈਠਾ ਗੱਲ ਕਰਦਾ ਨਾ, ਚਾਹ ਦੇ ਘੁੱਟ ਪੀ ਰਿਹਾ, ਉਹ ਨਹੀਂ ਲੰਘ ਰਿਹਾ ਉਹਦੇ ਅੰਦਰ, ਕਹਿੰਦਾ ਦੁਖੀ ਬੜਾ ਫਿਰਦਾ, ਥੱਲਿਓ ਆਪਣੇ ਮਾਲਕ ਤੋਂ ਗਾਲਾਂ ਖਾ ਕੇ ਆਇਆ ਹੁੰਦਾ, ਉਹ ਭਰੇ ਜੇ ਗਲੇ ਨਾਲ ਜਦੋਂ ਕਹਿੰਦਾ ਨਾ, ਕਹਿੰਦਾ ਯਾਰ ਜੱਟਾਂ ਦਾ ਪੁੱਤ ਸੀਰੀ ਰਲਿਆ ਫਿਰਦਾ, ਇਸ ਜੋ ਉਹਨਾਂ ਦਾ ਬੰਦਾ ਮਾਰੀ ਜਾਏਗਾ। ਉਹਦਾ ਜਿਹੜਾ ਅੰਦਰ ਦਾ ਦਰਦ ਸੀ ਨਾ, ਉਹ ਜਿਹੜਾ ਕਰੈਕਟਰ ਬਿੰਦਰ ਆ, ਉਹ ਤਲਖੀਆਂ ਚੋਂ ਦਰਦ ਦੇ ਵਿੱਚੋਂ ਕਰੈਕਟਰ ਨਿਕਲਿਆ ਹੋਇਆ ਸੀ। ਤੇ ਮੇਰੇ ਖਿਆਲ ਨਾਲ ਜੱਟ ਜੇਮਸ ਬੌਂਡ ਨੇ ਵੀ ਸਿਨੇਮਾ ਚੇਂਜ ਕੀਤਾ ਸੀ, ਇਸ ਤਰ੍ਹਾਂ ਦਾ ਵੀ ਪੰਜਾਬੀ ਸਿਨੇਮਾ ਬਣ ਸਕਦਾ। ਮੈਨੂੰ ਸ਼ਿਵ ਦੀ ਗੱਲ ਯਾਦ ਆ ਗਈ ਚੌਹਾਨ ਸਾਹਿਬ, ਸ਼ਿਵ ਕੁਮਾਰ ਬਟਾਲਵੀ ਹੋਣੀ ਨਾ ਜਲੰਧਰ ਰੇਡੀਓ ਦੇ ਉੱਤੇ, ਉਹ ਸਰਦਾਰ ਐਸ ਐਸ ਮੀਸ਼ਾ ਹੁੰਦੇ ਸੀ, ਬਹੁਤ ਵੱਡੇ ਪੋਇਟ ਨੇ ਪੰਜਾਬੀ ਦੇ, ਐਸ ਐਸ ਮੀਸ਼ਾ, ਮਤਲਬ ਹੁਣ ਤਾਂ ਨਹੀਂ ਰਹੇ, ਪਰਮਾਤਮਾ ਦੇ ਕੋਲ ਚਲੇ ਗਏ ਹੋਏ ਨੇ ਬੜੇ ਸਾਲਾਂ ਤੋਂ, ਪਰ ਉਹ ਨਾ ਪ੍ਰੋਡਿਊਸਰ ਹੁੰਦੇ ਸੀ ਰੇਡੀਓ ਤੇ, ਔਰ ਮੀਸ਼ਾ ਸਾਹਿਬ ਖੁੱਲੀ ਕਵਿਤਾ ਲਿਖਦੇ ਹੁੰਦੇ ਸੀ ਜੀ, ਬਿਨਾਂ ਛੰਦਬੰਦੀ ਤੋਂ, ਬਿਨਾਂ ਬਹਿਰ ਤੋਂ ਨਾ ਖੁੱਲੀ ਕਵਿਤਾ ਜ਼ਿਆਦਾ ਲਿਖਦੇ ਹੁੰਦੇ ਸੀ ਉਹ। ਤੇ ਸ਼ਿਵ ਕੁਮਾਰ ਬਟਾਲਵੀ ਤੁਹਾਨੂੰ ਪਤਾ ਬਹਿਰ ਚ ਲਿਖਣ ਵਾਲਾ, ਛੰਦ ਚ ਲਿਖਣ ਵਾਲਾ ਕਲਾਕਾਰ ਕਵੀ ਸੀ, ਉਹਨੂੰ ਬੜੇ ਬੁਰਾ ਬੁਰਾ ਖਿੱਚਦਾ ਹੁੰਦਾ ਸੀ ਇਹਨਾਂ ਨਾਲ ਵੀ, ਤੁਹਾਡੀ ਯਾਰ ਕਵਿਤਾ ਕਿਹੜੀ ਕਵਿਤਾ, ਖੁੱਲੀ ਕਵਿਤਾ ਲਿਖੀ ਜਾਂਦੇ ਹੋ, ਇਹਦਾ ਕੋਈ ਕਾਫੀਆ ਰਦੀਫ ਨਹੀਂ ਹੈ, ਕੋਈ ਕਿਸੇ ਨਾਲ ਛੰਦਬੰਦੀ ਨਹੀਂ, ਬਹਿਰ ਨਹੀਂ ਹੈ ਤੁਹਾਡੀ, ਕੋਈ ਖੁੱਲਾ ਲਿਖਦੇ ਹੋ ਤੁਸੀਂ, ਬੜਾ ਖਿੱਚਦਾ ਹੁੰਦਾ ਸੀ ਆਪਣੇ ਯਾਰਾਂ ਨਾਲ।
एक दिन मीशा साहब रेडियो स्टेशन बैठे ते शिव कुमार बटालवी भजे भजे रेडियो स्टेशन अंदर आए ते सोहन सिंह मीशा कोई प्रोग्राम एडिट कर रहे सी उन्होंने बांह फड़ी उतो अंदर स्टूडियो चो कहना मीशे बाहर आ रेडियो स्टेशन तो बाहर एक साइकिल स्टैंड हुंदा सी रेडियो स्टेशन दा ही साइकिल स्टैंड च लै गए उत्थे बिना मडगार्ड ते बिना चेन कवर तो साइकिल खड़ा सी उह दिखा के कहिंदे मीशे उह तेरी कविता वर्गा साइकिल खड़ा होए अच्छा कुगी भाजी एक सवाल सीगा कि पंजाबी सिनेमा जिहड़ा हैगा है पंजाबी सिनेमा नूं इह मन लिया गया है पिछली कुछ दौर दे विच के इह सिर्फ कॉमेडी लई हैगा या कॉमेडी नहीं हैगी तां पंजाबी फिल्म ही नहीं हालांकि ये बिल्कुल थोड़ा जिहड़ा घुग्गी वाला पार्ट है उस दे बिल्कुल उल्टे सवाल हैगा है। एक्चुअल सिनेमा की जदों असीं गल करते हैं और जिस विच पिक्चराइजेशन की गल है जिस दे विच स्टोरी लाइन की गल है या जिस दे विच अलग तरीके नाल एक पिक्चर पेश करन दी गल है उस पासे असी क्यों नहीं जा पा रहे या जा रहे हैं लोग उसनू देखना नहीं चाहते नहीं मेरे ख्याल नाल जी कि हुण ओह कॉन्सेप्ट जिहड़ा चेंज हो गया जी पहलो एक टाइम ऐसा विच आ गया सी 4-5 साल दा कि जिहदे विच जिहदे असी गुनाहगार कैरियन जट्टा जदों असी बनाई उस तों बाद 4-5 साल तां सिनेमे नूं होश ही नहीं आई पता नहीं किन्नियां इक कॉमेडी फिल्मां बन गईयां कुछ चंगियां बनियां कुछ बिना सिर पैर दे बनियां जी जी बड़े प्रोड्यूसरां दे पैसे लगे बड़े पैसे दा नास भी वज्जा दुखां दे दिमाग च गल फस गई कि जे पंजाबी फिल्म बनानी है ते सिर्फ कॉमेडी बनाओ तां ही चलदी है पर मैनूं लगदा कि उस दौर दे विच जिद्दां फिल्म आई बंबू काट या फिल्म आई अंग्रेज जी जी या फिर साडी फिल्म आई जट जेम्स बॉन्ड जी उन्हें कॉन्सेप्ट एक लोकां दा ना अजम्पशन जिहड़ी सी उहनूं चेंज कीता लोकी अज्यूम करके बैठे हुए सी कि पंजाबी कॉमेडी ही चलदी है बिल्कुल उन्हां फिल्मां ने बड़ा माहौल बदलिया उस तों बाद फिर साडी जिद्दां अरदास फिल्म आई जां दाणा पाणी आई है रब दा रेडियो फिल्म आई जी 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 इदां दीआं होर काफी फिल्मां आईआं हरजीता वर्गीआं फिल्मां आईआं ते उह फिर उन्हां लोकां दा ना माइंड सैट चेंज कीता कि इदां दी कोई गल नहीं है ਚੰਗੀਆਂ ਫਿਲਮਾਂ ਚੱਲਦੀਆਂ ਸਾਡੀ ਫਿਰ ਉਸ ਤੋਂ ਬਾਅਦ ਅਰਦਾਸ 2 ਵੀ ਆਈ ਹੁਣ ਅਰਦਾਸ ਕਰਾਂ ਹਾਂਜੀ ਹਾਂਜੀ ਅਸੀਂ ਕਹਿੰਦੇ ਅਰਦਾਸ ਕਰਾਂ ਆਈ ਹੈ ਹਾਂਜੀ ਔਰ ਫਿਰ ਅਸੀਂ ਇੱਕ ਮੈਂ ਫਿਲਮ ਬਣਾਈ ਸੀ ਸਨ ਆਫ ਮਨਜੀਤ ਸਿੰਘ ਜੀ 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 ਤੋ ਉਹ ਮੈਨੂੰ ਲੱਗਦਾ ਕਿ ਸਕਰੀਨ ਮਤਲਬ ਵਿੰਡੋ ਤੇ ਬਹੁਤ ਵੱਡਾ ਬਿਜ਼ਨਸ ਉਹਨੇ ਨਹੀਂ ਕੀਤਾ ਪਰ ਜਿਨ੍ਹਾਂ ਜਿਨ੍ਹਾਂ ਨੇ ਫਿਲਮ ਦੇਖੀ ਔਰ ਜਿਹੜੇ ਅੱਜ ਵੀ ਦੇਖ ਰਹੇ ਨੇ ਲੋਕਡਾਊਨ ਦੇ ਵਿੱਚ ਮੈਨੂੰ ਅੱਜ ਵੀ ਸਨ ਆਫ ਮਨਜੀਤ ਸਿੰਘ ਦਾ ਘੱਟੋ ਘੱਟ 50-60 ਮੈਸੇਜਸ ਸਨ ਆਫ ਮਨਜੀਤ ਸਿੰਘ ਦੇ ਆਉਂਦੇ ਨੇ ਵਰਲਡ ਵਾਈਡ ਲੋਕ ਜਿੱਥੇ ਬੈਠੇ ਵੀ ਦੇਖ ਰਹੇ ਨੇ ਉਸ ਫਿਲਮ ਨੂੰ ਕਪਿਲ ਸ਼ਰਮਾ ਨੇ ਪ੍ਰੋਡਿਊਸ ਕੀਤੀ ਸੀ ਜੀ 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 ਤੇ ਨਾਲ ਸਾਗਾ ਫਿਲਮ ਵਾਲਿਆਂ ਨੇ ਮੈਂ ਵੀ ਉਹਨਾਂ ਦੇ ਨਾਲ ਸੀ ਪ੍ਰੋਡਕਸ਼ਨ ਦੇ ਵਿੱਚ ਜੀ ਤੇ ਉਹ ਮਤਲਬ ਚੰਗੀ ਚੀਜ਼ ਲੋਕਾਂ ਨੇ ਦੇਖੀ ਹੈ ਐਪਰੀਸ਼ੀਏਟ ਕੀਤੀ ਹੈ ਸਿਨੇਮਾ ਆਪਣੀ ਸ਼ੇਪ ਬਦਲ ਲਿਆ ਬਿਲਕੁਲ ਬਿਲਕੁਲ ਇੱਕ ਗੁਰਪ੍ਰੀਤ ਰੀਅਲ ਲਾਈਫ ਹੈਗਾ ਉਹਦੇ ਨਾਲ ਘੁੱਗੀ ਵੀ ਹੈਗੀ ਇੱਕ ਗੁਰਪ੍ਰੀਤ ਰੀਅਲ ਲਾਈਫ ਹੈਗਾ ਜਿਹੜਾ ਆਸ ਪਾਸ ਰਿਸਪੋਂਸੀਬਿਲਿਟੀਜ਼ ਉਹ ਨਿਭਾਉਂਦੇ ਨੇ ਉਹਨਾਂ ਦੋਨਾਂ ਦੇ ਵਿੱਚ ਵੀ ਇੱਕ ਗੁਰਪ੍ਰੀਤ ਹੈਗਾ ਜੋ ਆਪਣੇ ਨਾਲ ਹੈਗਾ ਜਿਹੜਾ ਆਪਣੇ ਨਾਲ ਗੁਰਪ੍ਰੀਤ ਹੈਗਾ ਅਸਲ ਗੁਰਪ੍ਰੀਤ ਹੈਗਾ ਉਹ ਜ਼ਿੰਦਗੀ ਨੂੰ ਅੱਜ ਦੀ ਡੇਟ 'ਚ ਕਿਸ ਤਰ੍ਹਾਂ ਦੇਖਦੇ ਨੇ ਉਹ ਬੜੇ ਸਕੂਨ 'ਚ ਹੈ ਜੀ ਸੱਚ ਪੁੱਛੋ ਤਾਂ ਕਿਉਂਕਿ ਮੈਂ ਜ਼ਿੰਦਗੀ 'ਚ ਨਾ ਸਿਮਰਜੀਤ ਚੌਹਾਨ ਸਾਹਿਬ ਕੰਮ ਬੜਾ ਕਰ ਲਿਆ ਬੜਾ ਆਨੰਦ ਲਿਆ ਮੈਂ ਮੇਰਾ ਹੁਣ ਵੀ ਇੱਕ ਮੇਰਾ ਡਰਾਮਾ ਨਾ ਟੀਵੀ ਦਾ ਡਰਾਮਾ 1990 'ਚ ਮੇਰਾ ਪਹਿਲੀ ਵਾਰੀ ਆਇਆ ਸੀ ਚੈਂਪੀਅਨ ਜਦੋਂ ਮੈਂ ਟੀਵੀ ਤੇ ਆਇਆ ਸੀ ਪਹਿਲੀ ਵਾਰੀ 90 ਦੇ ਵਿੱਚ ਉਹ ਡਰਾਮਾ ਬੜਾ ਵਾਇਰਲ ਹੋਇਆ ਪਿਆ ਅੱਜ ਕੱਲ੍ਹ ਉਹ ਵੀ ਬੜਾ ਲੋਕ ਦੇਖ ਰਹੇ ਨੇ ਚੈਂਪੀਅਨ ਨਾਟਕ ਮੇਰਾ ਉਹ ਯੂਟਿਊਬ ਤੇ ਹੈਗਾ DD ਦੂਰਦਰਸ਼ਨ ਜਲੰਧਰ ਪਾਓ ਨਾ ਚੈਂਪੀਅਨ ਦੂਰਦਰਸ਼ਨ ਜਲੰਧਰ ਤੇ ਉਹ ਆ ਜਾਂਦਾ ਹੁਣ ਮੈਨੂੰ ਲੋਕਾਂ ਨੇ ਬਹੁਤ ਭੇਜਣਾ ਸ਼ੁਰੂ ਕੀਤਾ ਵਾਪਸ ਤੇ ਆਲਮੋਸਟ ਹਨਾ ਤੁਸੀਂ ਦੇਖ ਲਓ ਇੰਨੇ ਸਾਲ ਹੋ ਗਏ ਨੇ ਤੇ ਉਹ ਮੈਂ ਕੰਮ ਦੀ ਕੋਈ ਤਮਾ ਰਹੀ ਨਹੀਂ ਕਿ ਕੰਮ ਨਹੀਂ ਕੀਤਾ ਰੋਜ਼ੀ ਰੋਟੀ ਵੀ ਦੇਤੀ ਰੱਬ ਨੇ ਆਪਣੇ ਆਪ ਲਈ ਟਾਈਮ ਨਹੀਂ ਸੀ ਕਦੇ ਜ਼ਿੰਦਗੀ 'ਚ ਮਿਲ ਰਿਹਾ ਜਿਹੜਾ ਵਿਚਲਾ ਗੁਰਪ੍ਰੀਤ ਨਾ ਜਿਹਦੀ ਤੁਸੀਂ ਗੱਲ ਕਰਦੇ ਹੋ ਉਹਨੂੰ ਹੁਣ ਆਪਣੇ ਆਪ ਲਈ ਬੜਾ ਟਾਈਮ ਮਿਲਿਆ ਜੀ ਸੋ ਆਤਮ ਮੰਥਨ ਕਰਨ ਦਾ ਟਾਈਮ ਮਿਲਿਆ ਆਪਣੇ ਆਪ ਨਾਲ ਬਹਿਣ ਦਾ ਮੈਂ ਤੁਸੀਂ ਮੰਨੋਗੇ ਲੋਕਡਾਊਨ ਦੇ ਵਿੱਚ ਮੈਂ 4-4, 5-5 ਘੰਟੇ ਇਕੱਲਾ ਵੀ ਬੈਠਾ ਰਹਿੰਦਾ ਜੀ ਕਈ ਵਾਰੀ ਮੈਂ ਉਸ ਚੀਜ਼ ਨੂੰ ਤਰਸਿਆ ਪਿਆ ਸੀ ਕਿਉਂਕਿ ਦੁਨੀਆਂ ਦੇ ਵਿੱਚ ਨਾ ਤੁਸੀਂ ਜਿਹਨੂੰ ਮਰਜ਼ੀ ਕਾਲ ਲਾ ਲਓ ਤੁਹਾਡੀ ਗੱਲ ਹੋ ਜਾਂਦੀ ਹੈ ਤੁਸੀਂ ਕਦੀ ਆਪਣਾ ਨੰਬਰ ਡਾਇਲ ਕਰਕੇ ਦੇਖਿਓ ਉੱਥੇ ਤੁਹਾਨੂੰ ਬਿਜ਼ੀ ਟੋਨ ਆਏਗੀ ਕਿਉਂਕਿ ਆਪਣਾ ਨੰਬਰ ਡਾਇਲ ਕੀਤਾ ਤੁਸੀਂ ਆਪਣੇ ਆਪ ਨਾਲ ਕਿਹਦੀ ਗੱਲ ਨਹੀਂ ਬੰਦਾ ਕਰ ਸਕਦਾ ਸਾਰੀ ਦੁਨੀਆ ਨਾਲ ਕਰ ਸਕਦਾ ਇਸ ਲੋਕਡਾਊਨ ਦੇ ਵਿੱਚ ਮੈਂ ਆਪਣਾ ਨੰਬਰ ਡਾਇਲ ਕੀਤਾ ਆਪਣੇ ਆਪ ਨਾਲ ਬਹੁਤ ਵਾਰੀ ਗੱਲ ਕੀਤੀ ਮੈਨੂੰ ਸਭ ਤੋਂ ਵਧੀਆ ਇਹ ਲੱਗਾ ਕਿ ਮੈਂ
ਬੈਕ ਟੂ ਦਾ ਬੇਸਿਕਸ ਮੈਨੂੰ ਆਉਣ ਦਾ ਮੌਕਾ ਮਿਲਿਆ। ਤੇ ਨਵਾਂ ਕੀ ਦੇਖਿਆ ਨਾ ਆਪਣੇ ਆਪ ਦੇ ਵਿੱਚ ਇੰਨੇ ਐਕਸਪੀਰੀਅੰਸਸ ਤੋਂ ਬਾਅਦ? ਉਹ ਪੈਸੇ ਲੈ ਕੇ ਦੱਸਾਂਗੇ, ਉਹ ਥੋੜੀ ਫਰੀ ਦੱਸਣਾ ਕੀ ਕੀ ਨਵਾਂ ਲਿਖਿਆ। ਨਵਾਂ ਬੜਾ ਕੁਝ ਲਿਖਿਆ, ਨੋਟ ਕੀਤਾ, ਔਰ ਫਿਲਮਾਂ ਦੇ ਵਿੱਚ ਚੀਜ਼ਾਂ ਜ਼ਰੂਰ ਆਣਗੀਆਂ। ਮੈਂ ਇਸ ਲੋਕਡਾਊਨ ਦੇ ਉੱਤੇ ਵੀ ਇੱਕ ਕੋਈ ਸੋਚਿਆ ਕਿ ਇਹਦੇ ਤੇ ਵੀ ਫਿਲਮ ਪੂਰੀ ਬਣ ਸਕਦੀ ਹੈ। ਬੜਾ ਕਾਮਿਕ ਕਨਸੈਪਟ ਹੈ ਲੋਕਡਾਊਨ ਦੇ ਵਿੱਚ, ਜਦੋਂ ਤੁਹਾਨੂੰ ਪਰਿਵਾਰ ਦੇ ਵਿੱਚ ਲੋਕੀ ਸਾਰਾ ਦੁਨੀਆਂ ਦਾ ਆਪਣਾ ਕੰਮ ਕਰਕੇ ਪਰਿਵਾਰ ਚ ਆਉਣਾ ਚਾਹੁੰਦੇ ਆ, ਪਰ ਇੱਕ ਟਾਈਮ ਆ ਗਿਆ ਜਦੋਂ ਪਰਿਵਾਰ ਚੋਂ ਬੰਦਾ ਦੁਖੀ ਹੋ ਕੇ ਬਾਹਰ ਭੱਜਣਾ ਚਾਹੁੰਦਾ। ਇਹ ਉਹਦੇ ਤੇ ਬਹੁਤ ਅੱਛੀ ਫਿਲਮ ਬਣ ਸਕਦੀ ਹੈ, ਕਾਮੇਡੀ। ਕੋਈ ਕਨਸੈਪਟ ਉਹਦੇ ਵੀ ਲਿਖਿਆ ਦਿਖਾਵਾਂਗੇ ਜੀ ਤੁਹਾਨੂੰ। ਜੇ ਗੁਰਪ੍ਰੀਤ ਘੁੱਗੀ ਫਿਲਮ ਦਾ ਪ੍ਰੋਡਿਊਸਰ ਹੋਣ ਤੇ ਸ਼ਰਤ ਇਹ ਹੋਏ ਫਿਲਮ ਗੁਰਪ੍ਰੀਤ ਘੁੱਗੀ ਜੀ ਦੇ ਉੱਤੇ ਹੀ ਬਣਨੀ ਆ, ਉਹੀ ਮੇਨ ਕੈਰੇਕਟਰ ਹੋਣਗੇ, ਪਰ ਉਹ ਆਪ ਮੇਨ ਰੋਲ ਨਹੀਂ ਕਰਨਗੇ ਉਸ ਫਿਲਮ ਦੇ ਵਿੱਚ, ਠੀਕ ਹੈ? ਉਹ ਸਿਰਫ ਪ੍ਰੋਡਿਊਸਰ ਨੇ, ਹੀ ਕੈਨ ਸਪੈਂਡ ਮਨੀ। ਹਾਂ, ਇਹ ਹੋ ਸਕਦਾ ਹੀ ਕੈਨ ਡਾਇਰੈਕਟ ਦ ਫਿਲਮ, ਬਟ ਹੀ ਕਾਂਟ ਐਕਟ ਇਨ ਦ ਫਿਲਮ। ਤੋ ਉਹ ਆਪਣਾ ਰੋਲ ਕਿਹਨੂੰ ਦੇਣਗੇ? ਤੁਸੀਂ ਉਦਾਂ ਇਹ ਉਦਾਂ ਹੀ ਮੈਨੂੰ ਫਿਰ ਤੁਸੀਂ ਮਤਲਬ ਕਤਲ ਹੀ ਕਰਵਾ ਦੋ ਜੀ। ਗੁਰਪ੍ਰੀਤ ਤੇ ਕੌਣ ਹੋਣਗੇ ਮਿਸਿਸ ਵੜੈਚ? ਦੇਖੋ ਜੀ, ਮੈਨੂੰ ਲੱਗਦਾ ਕਿ ਮੈਂ ਆਪਣੀ ਥਾਂ ਤੇ ਕਿਸੇ ਨੂੰ ਇਮੇਜਿਨ ਨਹੀਂ ਕਰਨਾ ਚਾਹੁੰਦਾ, ਕਿਉਂ ਜੇ ਮੈਂ ਕਿਸੇ ਦਾ ਨਾਂ ਲੈ ਲਿਆ ਕੱਲ ਨੂੰ ਸੱਚੀ ਹੋ ਸਕਦਾ ਮੈਨੂੰ ਕੱਢ ਕੇ ਫਿਲਮ ਜੀ ਉਹਨੂੰ ਲੈਣ ਲੱਗ ਪਏ। ਨਹੀਂ ਨਹੀਂ ਬੜੇ ਬੜੇ ਅੱਛੇ ਐਕਟਰ ਨੇ ਜੀ। ਸੋ ਮੈਂ ਜੇ ਬਾਕੀ ਤੁਹਾਡੀ ਗੱਲ ਠੀਕ ਹੈ, ਜੇ ਮੈਂ ਕਦੀ ਐਕਟ ਨਾ ਕਰਨਾ ਹੋਵੇ, ਮੈਂ ਫਿਲਮ ਦਾ ਕੰਮ ਕਰ ਰਿਹਾ ਵਾਂ, ਤੇ ਫਿਰ ਮੈਂ ਐਜ਼ ਅ ਡਾਇਰੈਕਟਰ ਕੰਮ ਕਰਨਾ ਚਾਹਾਂਗਾ। ਔਰ ਮੇਰੀ ਜ਼ਿੰਦਗੀ ਦੀ ਇੱਛਾ ਵੀ ਹੈਗੀ ਹੈ ਕਿ ਇੱਕ ਟਾਈਮ ਆਏਗਾ ਜਦੋਂ ਫਿਰ ਮੈਂ ਡਾਇਰੈਕਸ਼ਨ ਵੱਲ ਚਲਾ ਜਾਵਾਂਗਾ ਜੀ। ਮੈਂ ਪੱਕਾ ਫਿਲਮਾਂ ਡਾਇਰੈਕਟ ਕਰਾਂਗਾ, ਪਰ ਅਜੇ ਮੈਂ ਐਕਟਿੰਗ ਨੂੰ ਇੰਜੋਏ ਕਰ ਰਿਹਾ। ਨਹੀਂ ਉਹ ਤਾਂ ਪ੍ਰੋਡਿਊਸਰ ਦੀ ਗੱਲ ਕੀਤੀ ਸੀ, ਪ੍ਰੋਡਿਊਸਰ ਬਣ ਕੇ ਮੈਂ ਮਜ਼ਾ ਲੈ ਚੁੱਕਾ ਜੀ ਇੱਕ ਵਾਰੀ, ਕਿਉਂਕਿ ਇਮਾਨਦਾਰੀ ਨਾਲ ਪ੍ਰੋਡਿਊਸਰ ਬਣਨਾ ਬੜਾ ਔਖਾ ਕੰਮ ਹੈ ਜੀ। ਕਿਉਂਕਿ ਮੈਂ ਫਿਲਮ ਬਣਾਈ ਸੀ ਭਾਜੀ ਨੂੰ ਪ੍ਰੋਬਲਮ, ਤੇ ਉਹਦੇ ਚ ਮਤਲਬ ਭਾਜੀ ਪ੍ਰੋਬਲਮ ਚ ਆ ਗਏ ਸੀਗੇ, ਹੈ ਤਾਂ ਬੜੀ ਪ੍ਰੋਬਲਮ ਸੀ, ਇਸ ਕਰਕੇ ਕਿ ਮੈਨੂੰ ਇੱਕ ਤਾਂ ਫਿਲਮ ਬਣਾਉਣ ਨੂੰ ਲੱਗ ਗਿਆ ਸਾਲ, ਤੇ ਮੈਂ ਉਸ ਸਾਲ ਦੇ ਵਿੱਚ ਤੇ ਚਾਰ ਫਿਲਮਾਂ ਆ ਭੜਕਾ ਦੇਣੀਆਂ ਸੀ ਲੋਕਾਂ ਦੀਆਂ, ਪੈਸੇ ਕਮਾਣੇ ਸੀ, ਤੇ ਉਹ ਮੇਰੇ ਪੈਸੇ ਵੀ ਮਰੇ। ਮੈਂ ਫਿਲਮਾਂ ਚ ਕੰਮ ਨਹੀਂ ਕੀਤਾ ਕਿਉਂਕਿ ਐਜ਼ ਅ ਪ੍ਰੋਡਿਊਸਰ ਮੈਂ ਟੈਨਸ਼ਨ ਬੜੀ ਲਈ। ਉਦੋਂ ਅਜੇ ਕੰਮ ਵੀ ਏਦਾਂ ਦਾ ਨਹੀਂ ਸੀ ਜਿੱਦਾਂ ਅੱਜ ਫਿਲਮਾਂ ਬਣਦੀਆਂ ਜੀ ਜੀ, ਏਦਾਂ ਦਾ ਨਹੀਂ ਸੀ ਸਿਸਟਮ ਅਜੇ। 2012-13 ਦੀ ਗੱਲ ਹੈ, 13 ਦੀ। ਹਾਂ, ਤੇ ਉਹ ਮੈਂ ਫਿਲਮ ਸ਼ੁਰੂ ਕਰ ਬੈਠਾ, ਪੰਗਾ ਵੱਡਾ ਲੈ ਬੈਠਾ। ਮੇਰੇ ਕੋਲ ਤੇ ਐਕਟਰ ਨਹੀਂ ਸੀ ਡੀਲ ਕਰਨੇ ਆ ਰਹੇ ਮੈਨੂੰ, ਜਿਹੜੇ ਐਕਟਰਾਂ ਨਾਲ ਮੈਂ ਰੋਜ਼ ਕੰਮ ਕਰਦਾ ਉਹ ਹੁਣ ਮੈਨੂੰ ਇਹ ਪ੍ਰੋਡਿਊਸਰ ਦੀ ਤਰ੍ਹਾਂ ਡੀਲ ਕਰਨ ਲੱਗ ਪਏ। ਮੈਨੂੰ ਬੜਾ ਗੁੱਸਾ ਚੜਨਾ ਯਾਰ, ਮੈਂ ਕਿਹਾ ਮੇਰਾ ਦੋਸਤ ਹੈ, ਏਦਾਂ ਨਹੀਂ ਗੱਲਾਂ ਕਿਉਂ ਕਰੀ ਜਾਂਦਾ? ਮੈਨੂੰ ਆਹ ਨਹੀਂ ਮਿਲਿਆ ਸੈੱਟ ਤੇ, ਆਹ ਚੀਜ਼ ਨਹੀਂ ਪਹੁੰਚੀ ਮੇਰੇ ਬੰਦਿਆਂ ਨੂੰ, ਖਾਣਾ ਨਹੀਂ ਮਿਲਿਆ, ਸਾਡਾ ਹੋਟਲ ਨੀ ਠੀਕ। ਮੈਂ ਕਿਹਾ ਯਾਰ, ਇਹ ਤਾਂ ਮੇਰਾ ਯਾਰ ਏਦਾਂ ਹੀ ਗੱਲਾਂ ਕਿਉਂ ਕਰੀ ਜਾਂਦਾ? ਤੇ ਮੈਨੂੰ ਬਾਅਦ ਸਮਝ ਆਈ ਕਿ ਪ੍ਰੋਡਿਊਸਰ ਦੀਆਂ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਹੁੰਦੀਆਂ, ਔਰ ਬੜੀਆਂ ਲੋਕਾਂ ਦੀਆਂ ਨਾਰਾਜ਼ਗੀਆਂ ਵੀ ਦੇਖਣੀਆਂ ਪੈਂਦੀਆਂ, ਔਰ ਸਾਨੂੰ ਮਿੰਨਤਾਂ ਕਰਨ ਦੀ ਆਦਤ ਨਹੀਂ ਹੁੰਦੀ, ਔਰ ਬੜਿਆਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਕਿ ਭਾਜੀ ਅੱਜ ਉਹ ਰੂਮ ਅਵੇਲੇਬਲ ਨਹੀਂ ਸੀਗਾ, ਬਸ ਅੱਜ ਤਾਂ ਦੇਣੀ ਹੈ, ਕੱਲ ਤੁਹਾਡਾ ਸੂਟ ਬੁੱਕ ਆ ਉੱਤੇ, ਕੱਲ ਨੂੰ ਤੁਸੀਂ ਸੂਟ 'ਚ ਸ਼ਿਫਟ ਕਰ ਜਾਣਾ। ਫਿਰ ਮੈਂ ਬਾਅਦ ਸੋਚਿਆ ਯਾਰ, ਇਹ ਤਾਂ ਮੇਰਾ ਕੰਮ ਹੈ ਨਹੀਂ ਜਿਹੜਾ ਮੈਂ ਕਰੀ ਜਾਂਦਾ। ਸੋ ਮੈਂ ਸੋਚਿਆ ਕਿ ਪ੍ਰੋਡਿਊਸਰ ਨਹੀਂ ਹੁਣ ਬਣਨਾ ਅੱਗੇ ਤੋਂ ਕਦੀ ਵੀ, ਡਾਇਰੈਕਟਰ ਬਣਾਂਗੇ ਜੀ, ਟਾਈਮ ਆਏਗਾ। ਪਰ ਐਜ਼ ਐਨ ਐਕਟਰ ਜ਼ਿਆਦਾ ਨਖਰਾ ਜਿਹਾ ਚੱਲ ਜਾਂਦਾ, ਨਖਰੇ ਵਾਲਾ ਕੰਮ ਹੀ ਕਰਨਾ ਚਾਹੀਦਾ। ਨਖਰੇ ਵਾਲਾ ਕੰਮ ਹੀ ਚੱਲਦਾ ਹੈ ਨਾ, ਨਖਰੇ ਜ਼ਰੂਰੀ ਵੀ ਹੈਗੇ। ਹੁਣ ਤੁਸੀਂ ਨਖਰਾ ਕਰ ਰਹੇ ਹੋ, ਨਖਰਾ ਚੱਲੇ ਥੋੜਾ ਜਿਹਾ, ਜਿਹਦੇ ਜੀ ਨਖਰਾ ਚੱਲਣਾ ਪਵੇ ਉਹ ਕੰਮ ਬੜਾ ਔਖਾ ਹੈ। ਤੇ ਹੁਣ ਤੁਸੀਂ ਨਖਰਾ ਕਰ ਰਹੇ ਹੋ ਕਿਸੇ ਮਾਰ, ਹੁਣ ਬਸ ਹੋ ਗਏ, ਹੁਣ ਮੈਂ ਜਾਣਾ? ਨਹੀਂ ਨਹੀਂ, ਕਦੀ ਕਦੀ ਕਰ ਲਈਦਾ ਜੀ ਨਖਰਾ, ਜਦੋਂ ਐਵੇਂ ਹੀ ਮਨ ਚ ਹੋ ਗਏ ਨਾ ਵੀ ਯਾਰ ਇਹ ਗੱਲ ਇਹਨੇ ਠੀਕ ਨਹੀਂ ਕੀਤੀ ਬੰਦੇ ਨੇ, ਫਿਰ ਐਵੇਂ ਥੋੜਾ ਜਿਹਾ ਕਿਸੇ ਵੇਲੇ ਕਰ ਜੀ ਦੀ ਸ਼ਰਾਰਤ ਇੱਦਾਂ ਦੀ ਜੀ, ਅਗਲੇ ਨੂੰ ਗੱਲ ਸਮਝ ਆ ਜਾਂਦੀ ਵੀ ਨਹੀਂ ਗਲਤੀ ਤਾਂ ਮੇਰੀ ਵੀ ਹੈਗੀ ਹੈ। ਪਰ ਉਹਦਾ ਮੈਂ ਬੰਦਾ ਕੂਲ ਆ ਸੈੱਟ ਤੇ, ਮੈਂ ਬੜਾ ਦੈਟ ਆਈ ਨੋ ਗੁਰਪ੍ਰੀਤ ਜੀ, ਦੈਟ ਆਈ ਨੋ ਮੈਂ ਕਿੰਨਾ ਕੰਮ ਕੀਤਾ ਤੁਹਾਨੂੰ ਪਤਾ ਜੀ, ਤੁਹਾਡੇ ਸ਼ੋਅ ਕਰਦਾ ਰਿਹਾ ਮੈਂ, ਤੇ ਤੁਹਾਨੂੰ ਪਤਾ ਹੀ ਮੈਂ ਸੈੱਟ ਤੇ ਪਰੇਸ਼ਾਨ ਕਰਨ ਵਾਲਾ ਬਿਲਕੁਲ ਵੀ ਨਹੀਂ। ਮੈਂ ਤਾਂ ਇੱਕ ਇਨਸੀਡੈਂਟ ਮੈਂ ਪਾਰਟਿਕੂਲਰ ਨਹੀਂ ਮੈਂਸ਼ਨ ਕਰਾਂਗੀ ਕਿੱਥੇ ਸੀਗਾ ਕੀ ਸੀਗਾ, ਮੈਨੂੰ ਇਹ ਵੀ ਗੱਲ ਯਾਦ ਹੈ, ਆਪ ਜੀ ਦੇ ਚਾਚਾ ਜੀ ਐਕਸਪਾਇਰ ਹੋ ਗਏ ਸੀਗੇ ਸੈੱਟ ਤੇ, ਬਟ ਤੁਸੀਂ ਕਿਸੇ ਨੂੰ ਰਿਲਾਈਜ਼ ਵੀ ਨਹੀਂ ਹੋਣ ਦਿੱਤੀ ਇਹ ਗੱਲ, ਤੇ ਤੁਸੀਂ ਆਪਣਾ ਸ਼ੋਅ ਕੰਪਲੀਟ ਕੀਤਾ ਤੇ ਤੁਸੀਂ ਉਸ ਤੋਂ ਬਾਅਦ ਗਏ। ਹਾਲਾਂਕਿ ਮੇਰੇ ਬੜੇ ਮਤਲਬ ਮੇਰੇ ਬਹੁਤ ਕਲੋਜ਼ ਰਿਲੇਸ਼ਨ ਸੀ ਮੇਰੇ ਉਸ ਚਾਚਾ ਜੀ ਨਾਲ, ਕਿਉਂਕਿ ਫਾਦਰ ਤੋਂ ਬਾਅਦ
ਮਤਲਬ ਘਰ 'ਚ ਸਭ ਤੋਂ ਵੱਧ ਉਹਨਾਂ ਨਾਲ ਹੀ ਹੈ ਨਾ ਨਿੱਘ ਸੀਗਾ, ਉਹਨਾਂ ਨਾਲ ਹੀ ਪਿਆਰ ਸੀਗਾ। ਪਰ ਇੱਕ ਕਲਾਕਾਰ ਜਦੋਂ ਕਲਾਕਾਰ ਬਣਦਾ ਨਾ ਤਾਂ ਉਹਦੀ ਜ਼ਿੰਦਗੀ 'ਚ ਪਹਿਲੀ ਗੱਲ ਉਹ ਸਿੱਖਦਾ ਐਜ਼ ਐਨ ਐਕਟਰ ਕਿ ਸ਼ੋ ਮਸਟ ਗੋ ਔਨ, ਸ਼ੋ ਮਸਟ ਗੋ, ਸ਼ੋ ਨਹੀਂ ਰੁਕ ਸਕਦਾ ਕਦੇ, ਕੰਮ ਚੱਲਦਾ ਰਹਿੰਦਾ, ਉਹ ਚੱਲਣਾ ਚਾਹੀਦਾ। ਤੇ ਲਾਈਫ ਆਲਸੋ ਤੁਹਾਡੇ ਅੰਦਰ ਉਸ ਵੇਲੇ ਕੀ ਚੱਲ ਰਿਹਾ ਹੁੰਦਾ ਤੁਹਾਨੂੰ ਪਤਾ, ਪਰ ਜਿਹੜੀ ਤੁਹਾਡੇ ਅੰਦਰ ਦੀ ਤੜਥੱਲੀ ਹੈ, ਤੁਹਾਡੇ ਅੰਦਰ ਦੀ ਬੇਚੈਨੀ ਹੈ, ਉਹ ਇੱਥੇ ਤੱਕ ਆ ਸਕਦੀ ਹੈ, ਚਿਹਰੇ ਤੇ ਨਹੀਂ ਆ ਸਕਦੀ। ਚਿਹਰੇ ਤੇ ਆ ਗਈ ਤਾਂ ਸਮਝੋ ਤੁਸੀਂ ਆਪਣੇ ਕੰਮ ਨਾਲ ਇਮਾਨਦਾਰੀ ਨਹੀਂ ਕਰ ਰਹੇ। ਹਾਂ ਇਹ ਗੱਲ ਹੈ ਕਿ ਜਦੋਂ ਤੁਸੀਂ ਕੰਮ ਖਤਮ ਕਰਦਾ ਫਿਰ ਤੁਸੀਂ ਆਪਣੀ ਦੁਨੀਆ 'ਚ ਉੱਧਰ ਵਾਪਸ ਜਾ ਕੇ ਸਭ ਕੁਛ ਕਰ ਸਕਦੇ ਹੋ। ਪਰ ਤੁਸੀਂ ਕਿਸੇ ਦਾ ਜਦੋਂ ਲੱਖਾਂ ਰੁਪਏ ਦਾ ਕਰੋੜਾਂ ਦਾ ਸੈੱਟ ਲੱਗਾ ਹੋਇਆ, ਤੁਸੀਂ ਕਿਸੇ ਦਾ ਕੰਮ ਕਰ ਰਹੇ ਹੋ, ਕਿਸੇ ਦੀਆਂ ਡੇਟਸ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ, ਉਸ ਤੋਂ ਬਾਅਦ ਅਗਲੇ ਦੀ ਟ੍ਰਬਲ ਆ ਸਕਦੀ ਹੈ। ਇੱਕ ਸੱਚਾ ਐਕਟਰ ਹਮੇਸ਼ਾ ਕੋਸ਼ਿਸ਼ ਕਰਦਾ ਕਿ ਮੇਰੀ ਜਿਹੜੀ ਇਹ ਮੁਸੀਬਤ ਮੇਰੇ ਤੇ ਪਈ ਹੈ ਦਾ ਭਾਰ ਮੈਂ ਆਪਣੇ ਆਪ ਤੇ ਝੱਲ ਲਵਾਂ, ਕਿਸੇ ਤੇ ਦਾ ਭਾਰ ਨਾ ਪੈਂਦੇ। ਤੇ ਤੁਸੀਂ ਕਿਹਾ ਕਿ ਲਾਈਫ ਮਸਟ ਗੋ ਔਨ, ਤੇ ਸਾਡੇ ਜਿਹੜੇ ਹੁਣ ਘੜੀ ਦੀਆਂ ਸੂਈਆਂ ਨੂੰ ਤਾਂ ਕੋਈ ਰੋਕ ਵੀ ਨਹੀਂ ਸਕਦਾ, ਚਾਹੇ ਜਿੰਨਾ ਵੀ ਜੀ ਹੋਏ, ਹੈ ਨਾ। ਤੇ ਆਪ ਜੀ ਤੋਂ ਜੀ ਨਹੀਂ ਕਰ ਰਿਹਾ, ਤੇ ਮੈਂ ਅੱਜ ਹੀ ਰਿਕੁਐਸਟ ਕਰ ਦਿੰਦੀ ਹਾਂ ਕਿ ਫਿਰ ਆਪਾਂ ਦੁਬਾਰਾ ਵੀ ਇਸ ਤਰ੍ਹਾਂ ਬੈਠਾਂਗੇ, ਢੇਰ ਸਾਰੀਆਂ ਗੱਲਾਂ ਕਰਾਂਗੇ। ਬਿਲਕੁਲ ਜੀ, ਤੁਹਾਨੂੰ ਪਤਾ ਹੁਣ ਮੇਰਾ ਵੀ ਜੀ ਨਹੀਂ ਕਰਦਾ, ਪਰ ਇੰਡੀਆ 'ਚ ਹੁਣ ਇਸ ਵੇਲੇ ਮੈਨੂੰ 9:30 ਵੱਜ ਗਏ ਹੋਣੇ ਆ, ਤੇ ਮੈਂ ਜਾ ਕੇ ਖਾਣਾ ਬਣਾਉਣਾ ਹੈ। ਅੱਛਾ, ਉਹ ਜਿਹੜੇ ਬ੍ਰੇਕ 'ਚ ਬੁਲਾ ਰਹੇ ਸੀਗੇ ਉਹ ਬਣਾਉਣ ਵਾਸਤੇ ਬੁਲਾ ਰਹੇ ਸੀਗੇ ਕਿ ਖਾਣ ਵਾਸਤੇ? ਮੈਂ ਸੱਚ ਮੂੰਹ ਨਿਕਲ ਜਾਂਦਾ ਨਾ ਜੋ ਅੱਜ ਕੱਲ ਕਰ ਰਹੇ। ਠੀਕ ਹੈ, ਨਹੀਂ ਨਹੀਂ ਮੈਂ ਮਜ਼ਾਕ ਕੀਤਾ ਸੀ ਜੀ, ਖਾਣਾ ਮੈਂ ਨਹੀਂ ਬਣਾਉਂਦਾ, ਖਾਣਾ ਮੈਨੂੰ ਬਣਿਆ ਬਣਾਇਆ ਮਿਲ ਜਾਂਦਾ, ਬਾਅਦ 'ਚ ਭਾਂਡੇ ਮਾਂਜ ਕੇ ਫਿਰ ਮੈਂ ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਵੀ ਭਾਂਡੇ ਮਾਂਜੋ ਭਾਂਡੇ ਮਾਂਜੋ, ਅੱਜ ਤੁਸੀਂ ਭਾਂਡੇ ਮਾਂਜਣੇ, ਮੈਂ ਨੀ ਮਾਂਜਦਾ ਭਾਜੀ ਜਦ ਤੱਕ ਮੈਨੂੰ ਪਾਣੀ ਨੀ ਗਰਮ ਕਰਕੇ। ਬਿਲਕੁਲ, ਅੱਜ ਕੱਲ ਤਾਂ ਨਲਕੇ 'ਚ ਗਰਮ ਹੀ ਆ ਰਿਹਾ ਹੋਣਾ ਪਾਣੀ। ਨਹੀਂ ਹੁੰਦਾ, ਐਕਸਰਸਾਈਜ਼ ਦੀ ਤਰ੍ਹਾਂ ਕਰ ਲਈਦਾ ਜੀ, ਜਿਹੜਾ ਕੰਮ ਰੋਟੀ ਨੇ ਕਰਾਉਣਾ ਹੁੰਦਾ ਨਾ। ਇੱਕੋ ਗੱਲ ਕਹਿ ਦਿੰਦੀ, ਕੀ ਹੋ ਗਿਆ ਸਰਦਾਰ ਜੀ, ਸਮਝ ਲਓ ਐਕਸਰਸਾਈਜ਼ ਕਰਦੇ ਪਏ ਹੋ, ਮੈਨੂੰ ਸਮਝ ਆ ਵੀ ਕੁੱਤਾ ਨਵਾਂ ਚ ਕਿਹੜੀ ਐਕਸਰਸਾਈਜ਼ ਪਰ ਮੈਂ ਨਵਾ ਦੇ। ਚਲੋ ਦੇਖੋ, ਆਪ ਜੀ ਦੇ ਬਹਾਨੇ ਜਿਹੜੀ ਆਪ ਜੀ ਦੀ ਕੁਆਲਿਟੀ ਹੈ, ਹੈ ਨਾ, ਇੱਕਦਮ ਇੰਸਟੈਂਟ ਗੱਲਾਂ, ਉਹ ਮੈਨੂੰ ਪਤਾ ਕਿ ਸਾਨੂੰ ਇੰਨੀ ਖੁਸ਼ੀ ਹੋ ਰਹੀ ਹੈ ਆਪ ਜੀ ਨਾਲ ਮਿਲ ਕੇ, ਤੇ ਸਾਡੇ ਵਿਊਅਰਸ ਨੂੰ ਵੀ ਡੈਫੀਨੇਟਲੀ ਓਨੀ ਹੋ ਰਹੀ ਹੋਗੀ, ਉਹਨਾਂ ਦਾ ਵੀ ਜੀ ਨਹੀਂ ਕਰ ਰਿਹਾ ਹੋਏਗਾ। ਬਟ ਬਹੁਤ ਬਹੁਤ ਥੈਂਕਸ ਗੁਰਪ੍ਰੀਤ ਜੀ, ਤੇ ਨਾਲ ਜਿਹੜੀ ਤੁਹਾਡੀ ਆਈ, ਤੁਸੀਂ ਖਿਆਲ ਰੱਖੋ। ਔਰ ਮੈਂ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਲੋਕਡਾਊਨ ਜਿੱਥੇ ਜਿੱਥੇ ਵੀ ਹੈਗਾ, ਜਿਹੜੇ ਜਿਹੜੇ ਮੁਲਕ 'ਚ ਵੀ ਜੋ ਸਰਕਾਰਾਂ ਕਹਿ ਰਹੀਆਂ ਉਹਦਾ ਪਾਲਣ ਕਰੋ। ਇਹ ਮੁਸੀਬਤ ਅਜੇ ਟਲੀ ਨਹੀਂ ਹੈ, ਮੁਸੀਬਤ ਥੋੜੀ ਲੰਬੀ ਹੈ, ਡਟ ਕੇ ਦਾ ਮੁਕਾਬਲਾ ਕਰਨਾ ਪੈਣਾ, ਡਰ ਕੇ ਨਹੀਂ ਡਟ ਕੇ ਮੁਕਾਬਲਾ ਕਰੋ, ਆਪਾਂ ਜ਼ਰੂਰ ਜਿੱਤਾਂਗੇ, ਸਾਰਾ ਸੰਸਾਰ ਦੁਬਾਰਾ ਟਰੈਕ ਤੇ ਆਏਗਾ, ਪਰ ਲਾਪਰਵਾਹੀ ਕਰਨ ਦੀ ਗੁੰਜਾਇਸ਼ ਸਾਡੇ ਕੋਲ ਬਿਲਕੁਲ ਨਹੀਂ। ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਗੁਰਪ੍ਰੀਤ ਜੀ ਨੂੰ ਵੀ, ਤੇ ਨਾਲ ਆਈ ਕੁਗੀ ਨੂੰ ਵੀ, ਥੈਂਕ ਯੂ, ਥੈਂਕ ਯੂ।